ਐਮ ਸ਼ਮਾਦਾਨ ਦੇ ਵਿੱਚ ਤੁਸੀਂ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਨਾਲ ਜੁੜੇ ਹੋਏ ਹੋ ਅਤੇ ਬੇਕਰਸਫੀਲਡ ਏਰੀਆ ਵਾਲੇ ਵੀਰ ਸਾਰੇ ਨੋਟ ਕਰੋ ਜੀ, ਜਤਿੰਦਰ ਸਿੰਘ ਤੂਰ ਹੋਰਾਂ ਦਾ ਨੰਬਰ 6617541722। ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਸੋਲਰ ਸਿਸਟਮ ਬਾਰੇ ਜਿਹੜਾ ਤਮਾਮ ਜਾਣਕਾਰੀ ਹਾਸਲ ਕਰ ਸਕਦੇ ਹੋ, ਸੋਲਰ ਸਿਸਟਮ ਲਵਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਜਤਿੰਦਰ ਸਿੰਘ ਤੂਰ ਹੋਰਾਂ ਤੋਂ ਪ੍ਰੋਪਰਟੀ ਰੀਅਲ ਸਟੇਟਰ ਨੇ ਕਿਸੇ ਤਰ੍ਹਾਂ ਦਾ ਵੀ ਘਰ ਖਰੀਦਣਾ, ਕੋਈ ਕਮਰਸ਼ੀਅਲ ਪ੍ਰੋਪਰਟੀ ਖਰੀਦਣਾ, ਕੋਈ ਲੋਟ ਖਰੀਦਣਾ, ਤਾਂ ਇਹਨਾਂ ਨਾਲ ਸੰਪਰਕ ਕਰੋ 6617541722। ਸਿੱਧੂ ਟਰੱਕ ਲਾਈਨ ਬੇਕਰਸਫੀਲਡ ਵਾਲੇ ਕੁਲਵੰਤ ਸਿੰਘ ਸਿੱਧੂ ਨੂੰ ਸੋਲੋ ਤੋਂ ਟੀਮ ਡਰਾਈਵਰ ਚਾਹੀਦੇ ਨੇ ਜੀ। ਇਸ ਤੋਂ ਇਲਾਵਾ ਟਰੱਕ ਸ਼ਾਪ 'ਤੇ ਕੰਮ ਕਰਨ ਵਾਲੇ ਕਾਮਿਆਂ ਦੀ ਵੀ ਲੋੜ ਹੈ ਜੋ ਆਫ ਆਵਰ ਕੰਮ ਕਰ ਸਕਦੇ ਹਨ। ਰਾਸ਼ ਦਾ ਪ੍ਰਬੰਧ ਬਿਲਕੁਲ ਮੁਫਤ ਕਰਕੇ ਦਿੱਤਾ ਜਾਏਗਾ। ਫੋਨ ਨੰਬਰ ਹੈ 6617611188। ਜੇਕਰ ਤੁਸੀਂ ਵੀ ਕੋਈ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਮੇਰੇ ਨਾਲ 9780141741 'ਤੇ। ਅਤੇ ਅਸੀਂ ਧੰਨਵਾਦੀ ਹਾਂ ਜੀ ਐਡਵੋਕੇਟ ਸਿਮਰਜੀਤ ਸਿੰਘ ਮੌੜ ਮੰਡੀ ਤੋਂ, ਜਿਨ੍ਹਾਂ ਨੇ ਰੇਡੀਓ ਪੰਜਾਬ ਟੂਡੇ ਨੂੰ ਸਹਿਯੋਗ ਕਰਦੇ ਰਹਿੰਦੇ ਨੇ ਅਤੇ ਉਹਨਾਂ ਵੱਲੋਂ ਇਹ ਪ੍ਰੋਗਰਾਮ ਨੂੰ ਵੀ ਸਪੋਂਸਰ ਕੀਤਾ ਗਿਆ। ਸੋ ਬਹੁਤ ਬਹੁਤ ਧੰਨਵਾਦੀ ਹਾਂ ਜੀ ਤੁਹਾਡੇ। ਅਤੇ ਰੇਡੀਓ ਪੰਜਾਬ ਟੂਡੇ ਵੱਲੋਂ ਐਡਵਰਟੀਜ਼ਮੈਂਟਸ ਦੇ ਰੇਟਸ ਬੜੇ ਰੀਜ਼ਨੇਬਲ ਨੇ। ਸੋ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਅਸੀਂ ਤੁਹਾਨੂੰ ਐਨੂਅਲ ਵੀ ਪੈਕੇਜ ਦੇ ਸਕਦੇ ਹਾਂ। ਬਾਕੀ ਇੰਟਰਵਿਊਜ਼ ਆ ਜਿਹੜੀਆਂ ਉਹ ਵੀ ਅਸੀਂ ਰੇਡੀਓ ਪੰਜਾਬ ਟੂਡੇ ਦੇ ਫੇਸਬੁੱਕ ਪੇਜ ਅਤੇ ਯੂਟਿਊਬ ਚੈਨਲ 'ਤੇ ਕਰਦੇ ਹਾਂ। ਤੁਹਾਡੇ ਕਿਸੇ ਕਮਰਸ਼ੀਅਲ ਦੀ ਐਡਵਰਟੀਜ਼ਮੈਂਟ ਕਰਨੀ ਹੈ ਜਾਂ ਫਿਰ ਤੁਸੀਂ ਕੋਈ ਆਪਣਾ ਪ੍ਰੋਡਕਟ ਪ੍ਰਮੋਟ ਕਰਨਾ ਤਾਂ ਅਸੀਂ ਉਹ ਵੀ ਕਰ ਸਕਦੇ। ਰੇਡੀਓ ਪੰਜਾਬ ਟੂਡੇ ਦੇ ਫੇਸਬੁੱਕ ਪੇਜ ਦੀ ਕੋਈ 35 ਤੋਂ 40 ਲੱਖ ਰੀਚ ਹੈ ਜੀ, 3.5 ਮਿਲੀਅਨ ਤੋਂ 4 ਮਿਲੀਅਨ ਰੀਚ ਹੈ ਜੀ। ਇਸ ਤੋਂ ਇਲਾਵਾ ਜਿਹੜੀਆਂ ਐਕਟੀਵਿਟੀਜ਼ ਨੇ ਉਹ 28 ਤੋਂ 30 ਲੱਖ 'ਤੇ ਹੈਗੀਆਂ ਨੇ। ਇਸੇ ਤਰ੍ਹਾਂ ਹੀ ਯੂਟਿਊਬ ਚੈਨਲ ਦੇ 10 ਕੁ ਲੱਖ ਜਿਹੜੀਆਂ ਸਾਡੇ ਰੀਚ ਹੈ, ਵਿਊਜ਼ ਜਿਹੜੇ ਨੇ ਮੰਥਲੀ ਆਉਂਦੇ ਨੇ ਉਹ ਕੋਈ 30 ਤੋਂ 35 ਲੱਖ ਵਿਊਜ਼ ਆਉਂਦੇ ਨੇ। ਸੋ ਤੁਸੀਂ ਜਿਹੜਾ ਜੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਅਤੇ ਐਪ ਦੀ ਜਿਹੜੀ ਹੈ ਜੋ ਸਾਡੇ ਕੋਲ ਡੇਟਾ ਗੂਗਲ ਐਡਸੈਂਸ ਤੋਂ ਆਉਂਦਾ, ਇਕੱਲੇ ਐਂਡਰੋਇਡ ਦਾ, ਇੱਕ ਐਂਡਰੋਇਡ ਐਪ ਦਾ, ਉਹ ਤਕਰੀਬਨ 1.6 ਮਿਲੀਅਨ ਰੀਚ ਦਾ ਆਉਂਦਾ ਜੀ ਸਾਡੇ ਕੋਲ ਹਰ 28 ਦਿਨਾਂ ਦਾ। ਸੋ ਬਾਕੀ iOS ਐਪ 'ਤੇ ਜਿਹੜੀਆਂ ਥਰਡ ਪਾਰਟੀ ਐਪਸ ਨੇ ਉਹ ਵੱਖਰੇ ਤੌਰ 'ਤੇ ਨੇ। ਸੋ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸੋ ਖਬਰਾਂ ਜਿਹੜੀਆਂ ਉਸ ਤੋਂ ਪਹਿਲਾਂ ਤੁਹਾਡੇ ਨਾਲ ਕੁਛ ਅਸੀਂ ਅੱਜ ਦੇ ਹਾਲਾਤਾਂ ਦੇ ਉੱਤੇ, ਅੱਜ ਦੀਆਂ ਅਹਿਮ ਜਿਹੜੀਆਂ ਚਰਚਾਵਾਂ ਨੇ ਉਹਦੇ ਬਾਰੇ ਵੀ ਗੱਲ ਕਰੀਏ। ਸੋ ਸੁਪਰੀਮ ਕੋਰਟ ਤੋਂ ਮਾਫ਼ੀ ਨਾ ਮੰਗਣ ਵਾਲੇ ਪ੍ਰਸ਼ਾਂਤ ਭੂਸ਼ਣ ਜਿਹੜੇ ਨੇ, ਜਿਨ੍ਹਾਂ ਨੇ ਵਿਵਾਦਿਤ ਟਵੀਟ ਕਰਕੇ ਮਾਣਹਾਨੀ ਦੇ ਦੋਸ਼ੀ ਠਹਿਰਾਏ ਗਏ ਨੇ, ਪ੍ਰਸ਼ਾਂਤ ਭੂਸ਼ਣ ਦੀ ਸਜ਼ਾ ਬਾਰੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ। ਅਤੇ ਪ੍ਰਸ਼ਾਂਤ ਭੂਸ਼ਣ ਨੇ ਆਪਣੇ 2 ਟਵੀਟਸ ਵਿੱਚ ਸੁਪਰੀਮ ਕੋਰਟ ਅਤੇ ਚੀਫ਼ ਜਸਟਿਸ 'ਤੇ ਟਿੱਪਣੀ ਕੀਤੀ ਸੀ। ਸੋ ਅੱਜ ਮੰਗਲਵਾਰ ਨੂੰ ਉਹਨਾਂ ਨੂੰ ਸਜ਼ਾ ਸੁਣਾਉਣ ਦਾ ਦਿਨ ਕਹਿ ਕੀਤਾ ਗਿਆ ਸੀ, ਜਿਸ ਤੋਂ ਪਹਿਲਾਂ ਸੁਣਵਾਈ ਹੋਈ ਅਤੇ ਹੁਣ ਅਦਾਲਤ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ। ਸੁਣਵਾਈ ਦੌਰਾਨ ਚੀਫ਼ ਜਸਟਿਸ ਅਰੁਣ ਵਿਸ਼ਨਾ ਨੇ ਅਟਾਰਨੀ ਜਨਰਲ KK ਵੇਨੁਗੋਪਾਲ ਕੋਲੋਂ ਪੁੱਛਿਆ ਕਿ ਤੁਹਾਡੀ ਕੀ ਰਾਏ ਹੈ, ਵਿੱਚ ਸਜ਼ਾ ਕੀ ਹੋਣੀ ਚਾਹੀਦੀ ਹੈ। ਜਸਟਿਸ ਮਿਸ਼ਰਾ ਦਾ ਵੀ ਕਹਿਣਾ ਸੀ ਕਿ ਸਾਨੂੰ ਮੀਡੀਆ ਰਿਪੋਰਟਾਂ ਤੋਂ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ। ਜਸਟਿਸ ਮਿਸ਼ਰਾ ਨੇ ਅਟਾਰਨੀ ਜਨਰਲ ਨੂੰ ਇਹ ਵੀ ਕਿਹਾ ਕਿ ਉਹ ਸੁਪਰੀਮ ਕੋਰਟ ਦੇ ਸਾਬਕਾ ਜੱਜਾਂ ਦੇ ਬਿਆਨ ਦਾ ਜ਼ਿਕਰ ਨਾ ਕਰਨ। ਸਜ਼ਾ ਬਾਰੇ ਪੁੱਛੇ ਜਾਣ 'ਤੇ ਅਟਾਰਨੀ ਜਨਰਲ ਵੇਨੁਗੋਪਾਲ ਨੇ ਕਿਹਾ ਕਿ ਪ੍ਰਸ਼ਾਂਤ ਭੂਸ਼ਣ ਨੂੰ ਸਖ਼ਤ ਚੇਤਾਵਨੀ ਦਿੱਤੀ ਜਾ ਸਕਦੀ ਹੈ, ਕਿਹਾ ਜਾ ਸਕਦਾ ਕਿ ਭਵਿੱਖ ਵਿੱਚ ਅਜਿਹੀਆਂ ਗੱਲਾਂ ਨਾ ਕਰਨ। ਇਸ 'ਤੇ ਜਸਟਿਸ ਮਿਸ਼ਰਾ ਨੇ ਕਿਹਾ ਕਿ ਜੇਕਰ ਤੁਸੀਂ ਪ੍ਰਸ਼ਾਂਤ ਭੂਸ਼ਣ ਦੇ ਬਿਆਨ ਨੂੰ ਦੇਖੀਏ ਤਾਂ ਕਹਿ ਸਕਦੇ ਹਾਂ ਕਿ ਇਸ ਵਿੱਚ ਇੱਕ ਸਕਾਰਾਤਮਕ ਹਿੱਸਾ ਵੀ ਹੈ, ਉਹ ਹੈ ਕਿ ਉਹਨਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ ਸੰਸਥਾ 'ਤੇ ਭਰੋਸਾ ਹੈ, ਪਰ ਉਹਨਾਂ ਇਹ ਵੀ ਕਿਹਾ ਕਿ ਉਹ ਮੁਆਫ਼ੀ ਨਹੀਂ ਮੰਗਣਗੇ ਕਿਉਂਕਿ ਉਹਨਾਂ ਨੇ ਕੋਈ ਗਲਤੀ ਨਹੀਂ ਕੀਤੀ। ਜਸਟਿਸ ਮਿਸ਼ਰਾ ਨੇ ਕਿਹਾ ਕਿ ਹਰ ਕੋਈ ਗਲਤੀ ਕਰਦਾ ਪਰ ਵਿਅਕਤੀ ਨੂੰ ਇਹ ਸਮਝਣਾ ਵੀ ਚਾਹੀਦਾ। ਸੋ ਜਸਟਿਸ ਮਿਸ਼ਰਾ ਨੇ ਇਹ ਪੁੱਛਿਆ ਕਿ ਹੁਣ ਉਹਨਾਂ ਨੂੰ ਕੀ ਕਰਨਾ ਚਾਹੀਦਾ। ਉਹਨਾਂ ਨੇ ਇਹ ਵੀ ਕਿਹਾ ਕਿ ਇਹ ਇੱਕ ਸੰਸਥਾ ਬਾਰੇ ਹੈ ਅਤੇ ਅਟਾਰਨੀ ਜਨਰਲ ਦਾ ਕਹਿਣਾ ਕਿ ਜੇਕਰ ਪ੍ਰਸ਼ਾਂਤ ਭੂਸ਼ਣ ਇਹ ਕਹਿੰਦੇ ਨੇ ਕਿ ਉਹਨਾਂ ਤੋਂ ਕੋਈ ਗਲਤੀ ਨਹੀਂ ਕੀਤੀ, ਫਿਰ ਵੀ ਅਦਾਲਤ ਨੂੰ ਦਇਆ ਦਿਖਾਉਣੀ ਚਾਹੀਦੀ ਹੈ। ਸੋ ਸੁਣਵਾਈ ਦੌਰਾਨ ਪ੍ਰਸ਼ਾਂਤ ਭੂਸ਼ਣ ਦੇ ਵਕੀਲ ਰਾਜੀਵ ਧਨਮ ਨੇ ਕੋਲਕਾਤਾ ਹਾਈਕੋਰਟ ਦੇ ਇੱਕ ਪੁਰਾਣੇ ਫੈਸਲੇ ਦਾ ਧਿਆਨ ਕਰਵਾਇਆ ਕਿ ਅਦਾਲਤ ਨੇ ਮਮਤਾ ਬੈਨਰਜੀ ਨੂੰ ਕੋਈ ਸਜ਼ਾ ਨਹੀਂ ਦਿੱਤੀ, ਜਿਨ੍ਹਾਂ ਨੇ ਕਿਹਾ ਸੀਗਾ ਕਿ ਸਾਰੇ ਜੱਜ ਭ੍ਰਿਸ਼ਟ ਹੁੰਦੇ ਹਨ। ਰਾਜੀਵ ਧਵਨ ਨੇ ਅਦਾਲਤ ਨੂੰ ਕਿਹਾ ਕਿ ਇਹ ਮਾਮਲਾ ਵਿਵਸਥਾ ਨਾਲ ਜੁੜਿਆ ਮਾਮਲਾ, ਜੇਕਰ ਅਸੀਂ ਇੱਕ ਦੂਜੇ ਨੂੰ ਖਤਮ ਕਰਦੇ ਰਹਾਂਗੇ ਤਾਂ ਸੰਸਥਾ ਵਿੱਚ ਕਿਸ ਦਾ ਭਰੋਸਾ ਰਹੇਗਾ। ਤੁਹਾਨੂੰ ਸਹਿਨਸ਼ੀਲ ਹੋਣਾ ਪਏਗਾ, ਤੁਸੀਂ ਦੇਖੋ ਕਿ ਅਦਾਲਤ ਕੀ ਕਰ ਰਹੀ ਹੈ ਅਤੇ ਕਿਉਂ ਕਰ ਰਹੀ ਹੈ। ਕੇਵਲ ਹਮਲੇ ਨਾਲ ਹਮਲੇ ਨਾ ਕਰਨ,
जज प्रेस में जाके अपना विचार नहीं कर सकते ना ही सफाई दे सकते ने। जस्टिस मिश्रा ने कहा सी जो भी कहना चाहते हो अपने फैसले में लिखा साढ़े को कई गल्लां ने पर सानू पर की सानू प्रेस में जाना चाहिए मैं कदे ये नहीं करांगा। उन्होंने राजीव धवन नाल कहा कि तुसी बार दे नेता हो तुसी तुहाडे असी तुहाडे कोल आस करते हैं कि तुसी निरपक्ष रहो। पिछले दिन ही इस मामले में प्रशांत भूषण ने माफ़ी मंगण तो इनकार कर दिता सी। उन्हां कहना सीगा कि उन्हां उस उन्हां दे बयान सद्भावना सी जेकर वह माफ़ी मंगणगे तो ये उन्हां दी अंतर आत्मा ते उस संस्था की माणहानि होएगी जिस विच वो सब तो ज़्यादा विश्वास रखते हैं। सुप्रीम कोर्ट ने प्रशांत भूषण नूं अपने बयान ते फिर विचार करन ते बिना शर्त माफ़ी मंगण नूं कहा सी पर प्रशांत भूषण नाल ने इस गल तो इनकार कर दिता सी। तुहानूं दस दिए कि प्रशांत भूषण जिन्हां दी उमर कोई 63 साल है उन्होंने दो ट्वीट करके जिहड़ा ये माणहानि का दोषी ठहराए जा चुके हैं। भूषण 2 जून 2020 अपने ट्वीट में चीफ जस्टिस की टिप्पणी की सी इस दे नाल ही उन्होंने कुछ होरना जजां की भी आलोचना की सी। सो प्रशांत भूषण ने कोर्ट में कहा सीगा कि असी उन्होंने अपने ट्वीट जो कुछ लिखा उसनों हकीकत मानते हैं उस विच उन्हां दा विश्वास है जिस नूं जाहिर करन दे अधिकार उन्हां दे देश दे संविधान अते लोकतंत्र तों मिलदे हन। सो ये कुछ है जी ते बाकी जिहड़ा तुसी रेडियो पंजाब टुडे दे बठिंडा स्टूडियो नाल इस वक्त जुड़े हुए हो ते इस दे लई तुसी साडे नाल संपर्क कर सकदे हो 9164-10-606 9149-10-606 देते। सो रेडियो पंजाब टुडे हमेशा तुहानू पंजाब दी धरती तो नू नाल जोड़न दी कोशिश करदा पंजाब दी धरती तो तुहानू खबरां जिहड़ियां ने उहो पहुँचाउण दी कोशिश करदा। ते गल करोना दी चल रही है दुनिया दे 10 देश ने जिथे करोना दा एक भी केस नहीं पर फिर भी बेहाल ने ते इन्हां दे विच जेकर आपां गल करिए कामकाज भी ठक होए पए ने। वो 10 जे देश जिथे कोविड-19 का कोई केस नहीं उन्हां विच पलाओ माइक्रोनेशिया मार्शल टापू नारू किरीबाती सुलेमन टापू तवालू समोआ वान अतु ते टोंगा ने। सो ये सारे वैसे टापू ने ते इन्हां दी आबादी किन्नी किन्नी है ये तां आपां नूं जिहड़ा थोड़ा जिहा ये स्टडी भी करनी पएगी। सो होटल खाली ने इत्थे अपने टूरिस्ट आउंदे ने पर इत्थों दा जिहड़ा लगभग कहा जाए तो इकोनमी जिहड़ी है बुरी तरह नाल प्रभावित हो रही है। सो होटल जिहड़े ने जिथे लोकेशन बड़ियां शानदार ने कोविड तो पहला होटलों के कमरे 75% भरे रहिंदे सी ते मुख तौर पर एशिया ते अमरीकी यात्री जिहड़े इन्हां टापुआं च पहुँचदे सी ते हुण होटलों के जिहड़ी है बुरा हालात हो गए ने। ते आपां हुण जलंधर वाले रुक करते हैं जी रजीव भास्कर जी मेरे नाल जुड़ गए ने। भास्कर साहब सत श्री अकाल। हैलो भास्कर साहब सत श्री अकाल जी। हैलो 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 हाँ जी आ रही है जी हुण आई है जी सत श्री अकाल जी। भास्कर साहब तुहानू की लगता है कि कांग्रेस विचला जिहड़ा वो कहिंदे ना भी वो सरपंची जे लैनी होवे तो अपने आप ही थोड़ा मोटा हो हल्ला कर लो सियासत में सब कुछ जायज़ है ठीक है कांग्रेस की बेड़ी डुब रही है उभर नहीं रही स्थिति नाजुक होंदी जा रही है पर अगवाही तो इको परिवार ने करनी है जी पर हुण प्रधानगी दियां बदलदियां जिहड़ियां सुरां ने तुहानू की लगता है ये किन्नियां क असल सुरां ने जां सैल्फ क्रिएटेड सुरां ने। बिल्कुल ਤੁਸੀਂ ਇਹ ਗੱਲ ਅਗਰ ਕਾਂਗਰਸ ਦਾ ਇਤਿਹਾਸ ਦੇਖੋ ਇਤਿਹਾਸ ਖਾਸ ਕਰਕੇ ਪੋਸਟ ਪਾਰਟੀਸ਼ਨ ਯਾਨੀ ਪਾਕਿਸਤਾਨ ਬਣਨ ਤੋਂ ਬਾਅਦ ਪੰਡਿਤ ਜਵਾਹਰ ਲਾਲ ਨਹਿਰੂ ਉਹਨਾਂ ਦਾ ਪ੍ਰਧਾਨ ਮੰਤਰੀ ਬਣਨਾ ਜਦ ਕਿ ਜ਼ਿਆਦਾਤਰ ਕਾਂਗਰਸ ਕਮੇਟੀਆਂ ਨੇ ਤੁਹਾਨੂੰ ਯਾਦ ਹੋਏਗਾ ਜਾਂ ਤੁਸੀਂ ਪੜ੍ਹਿਆ ਵੀ ਹੋਏਗਾ ਸਰਦਾਰ ਪਟੇਲ ਨੂੰ ਨੋਮੀਨੇਟ ਕੀਤਾ ਸੀਗਾ ਪ੍ਰਧਾਨ ਮੰਤਰੀ ਪਦ ਵਾਸਤੇ ਪਰ ਫਿਰ ਵੀ ਗਾਂਧੀ ਜੀ ਦਾ ਕਿਉਂਕਿ ਨਹਿਰੂ ਪਰਿਵਾਰ ਨਾਲ ਜਾਂ ਨਹਿਰੂ ਪੰਡਿਤ ਨਹਿਰੂ ਨਾਲ ਬੜਾ ਪਿਆਰ ਸੀਗਾ ਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਸੀਗਾ ਪੰਡਿਤ ਜੀ ਆਪ ਬਣੀਏ ਪ੍ਰਧਾਨ ਮੰਤਰੀ ਤੇ ਨਹਿਰੂ
ਜਿਹੜੇ ਪਟੇਲ ਸੀਗੇ ਉਹ ਗ੍ਰਹਿ ਮੰਤਰੀ ਬਣੇ ਸੀ ਜੀ। ਉਹ ਸਿਲਸਿਲਾ ਚੱਲਦਾ ਰਿਹਾ। ਪੰਡਿਤ ਨਹਿਰੂ ਤੋਂ ਬਾਅਦ ਉਹਨਾਂ ਦੀ ਬੇਟੀ ਇੰਦਰਾ ਗਾਂਧੀ, ਇੰਦਰਾ ਗਾਂਧੀ ਜਦ 84 ਦੇ ਵਿੱਚ ਉਹਨਾਂ ਦੀ ਮੌਤ ਹੋਈ ਤੇ ਉਸ ਤੋਂ ਬਾਅਦ ਰਾਜੀਵ ਗਾਂਧੀ, ਹਾਲਾਂਕਿ ਉਹ ਚਾਹੁੰਦੇ ਨਹੀਂ ਸੀਗੇ ਪੋਲਿਟਿਕਸ 'ਚ ਜਾਣਾ, ਉਹ ਇੱਕ ਪਾਇਲਟ ਸੀਗੇ, ਔਰ ਕਿਉਂਕਿ ਉਹਨਾਂ ਦੇ ਛੋਟੇ ਭਰਾ ਸੰਜੇ ਗਾਂਧੀ ਜਿਹੜੇ ਪੋਲਿਟਿਕਸ 'ਚ ਇੰਟਰਸਟਡ ਸੀਗੇ, ਉਹਨਾਂ ਦਾ ਇੰਦਰਾ ਗਾਂਧੀ ਤੋਂ ਵੀ ਪਹਿਲੇ ਦੇਹਾਂਤ ਹੋ ਗਿਆ ਸੀਗਾ ਏਅਰ ਕ੍ਰੈਸ਼ ਦੇ ਵਿੱਚ, ਤੇ ਫਾਈਨਲੀ ਰਾਜੀਵ ਗਾਂਧੀ 1991 ਦੇ ਵਿੱਚ ਪ੍ਰਧਾਨ ਮੰਤਰੀ ਬਣੇ। ਔਰ ਉਸ ਤੋਂ ਬਾਅਦ ਜਿਹੜਾ ਨਰਸਿਮਹਾ ਰਾਓ ਉਹਨਾਂ ਦਾ ਨੰਬਰ ਆਇਆ, ਕਿਉਂਕਿ ਕਾਂਗਰਸੀ ਪਰਿਵਾਰ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਵਿਅਕਤੀ ਨਹੀਂ ਬਚਿਆ ਸੀਗਾ ਜੋ ਖਾਸ ਕਰਕੇ ਨਹਿਰੂ ਗਾਂਧੀ ਪਰਿਵਾਰ ਦੇ ਵਿੱਚ ਜੋ ਉਸ ਟਾਈਮ ਪ੍ਰਧਾਨ ਮੰਤਰੀ ਬਣ ਸਕਦਾ। ਚਲੋ ਨਰਸਿਮਹਾ ਰਾਓ ਜੀ ਉਹਨਾਂ ਦੀ ਵੀ ਲਾਟਰੀ ਲੱਗੀ। ਉਸ ਤੋਂ ਬਾਅਦ ਸੀਤਾਰਾਮ ਕੇਸਰੀ ਉਹਨਾਂ ਦਾ ਵੀ ਇੱਕ ਟਾਈਮ ਆਇਆ, ਜਦ ਸੋਨੀਆ ਗਾਂਧੀ ਤੋਂ ਪਹਿਲੇ ਸੀਤਾਰਾਮ ਕੇਸਰੀ ਉਹਨਾਂ ਨੂੰ ਕਾਂਗਰਸ ਦਾ ਪ੍ਰਧਾਨ ਬਣਾਇਆ ਸੀਗਾ ਜੀ। ਔਰ ਇਸ ਤਰੀਕੇ ਨਾਲ ਸੀਤਾਰਾਮ ਕੇਸਰੀ ਉਹਨਾਂ ਨੂੰ ਅਨਸੈਰੋਮੋਨੀਅਸਲੀ ਹਟਾਇਆ ਗਿਆ, ਕਿਉਂਕਿ ਉਹ ਨੋਨ ਗਾਂਧੀ ਪਰਿਵਾਰ ਤੋਂ ਸੀਗੇ। ਉੱਥੋਂ ਕਾਂਗਰਸ ਦੇ ਵਿੱਚ ਇੱਕ ਮੈਸੇਜ ਚਲਾ ਗਿਆ ਕਿ ਸਵਾਏ ਗਾਂਧੀ ਪਰਿਵਾਰ ਤੋਂ ਹੋਰ ਕੋਈ ਕਾਂਗਰਸ ਦਾ ਪ੍ਰਧਾਨ ਨਹੀਂ ਬਣ ਸਕਦਾ। ਪਰ ਜਦ ਕਹਿੰਦੇ ਆ ਨਾ ਕਿ ਜਦੋਂ ਤੁਹਾਡਾ ਫੈਮਿਲੀ ਦਾ ਹੈਡ ਕਮਜ਼ੋਰ ਹੋਏ, ਖਾਸ ਕਰਕੇ ਅੱਜ ਦੇ ਹਾਲਾਤ ਔਰ 2014 ਦੇ ਬਾਅਦ ਦੇ ਹਾਲਾਤ, ਕਿਉਂਕਿ ਜਦ 2004 ਦੇ ਵਿੱਚ ਸੋਨੀਆ ਗਾਂਧੀ ਪ੍ਰਧਾਨ ਮੰਤਰੀ ਬਣਨਾ ਚਾਹੁੰਦੀ ਸੀਗੀ ਤੇ ਕੁਛ ਲੋਕਾਂ ਨੇ ਆਵਾਜ਼ ਚੱਕੀ ਸੀਗੀ ਸੋਨੀਆ ਗਾਂਧੀ ਦੇ ਫੋਰਨ ਨੈਸ਼ਨਲ ਹੋਣ ਦੇ ਮੁੱਦੇ ਦੇ ਉੱਤੇ, ਤੇ ਚਾਹੇ ਉਹ ਮਮਤਾ ਬੈਨਰਜੀ ਹੋਣ, ਸ਼ਰਦ ਪਵਾਰ ਹੋਣ, ਔਰ ਜਿਹੜਾ ਤਾਰਿਕ ਅਨਵਰ ਹੋਏ, ਪੀਏ ਸੰਗਮਾ ਹੋਏ, ਯਾਨੀ ਇੰਨੀ ਵੱਡੀ ਵੱਡੀ ਸ਼ਖਸੀਅਤ ਜਿਹਨਾਂ ਦਾ ਕਾਂਗਰਸ ਦੇ ਵਿੱਚ ਬਹੁਤ ਵੱਡਾ ਰੋਲ ਸੀਗਾ, ਉਹਨਾਂ ਨੂੰ ਅਲੱਗ ਤਲੱਗ ਕਰਕੇ ਅੱਜ ਉਹ ਬਿਲਕੁਲ ਕਾਂਗਰਸ ਤੋਂ ਵੱਖਰੇ ਹੈਗੇ ਨੇ। ਭਾਵੇਂ ਉਹਨਾਂ ਦੇ ਨਾਲ ਅਲਾਇੰਸ ਹੈਗਾ ਹੈ ਮਹਾਰਾਸ਼ਟਰ ਦੇ ਵਿੱਚ ਸ਼ਰਦ ਪਵਾਰ ਦੇ ਨਾਲ, ਪਰ ਫਿਰ ਵੀ ਕਾਂਗਰਸ ਔਰ ਸ਼ਰਦ ਪਵਾਰ ਵੱਖਰੀ ਵੱਖਰੀ ਰਾਹ ਤੁਰ ਪਏ। ਪਰ ਹੁਣ ਜਿੱਦਾਂ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਕਿ ਜਦ ਫੈਮਿਲੀ ਦਾ ਹੈੱਡ ਕਮਜ਼ੋਰ ਹੁੰਦਾ ਹੈ ਨਾ, ਤੇ ਫੈਮਿਲੀ ਦੇ ਵਿੱਚ ਏਦਾਂ ਦੀ ਲੜਾਈਆਂ ਦੇਖਣ ਨੂੰ ਮਿਲਦੀ ਹੈ ਜਿਹੜੀ ਲੜਾਈਆਂ ਹੁਣ ਤੁਸੀਂ ਦੇਖ ਰਹੇ ਹੋ ਜੀ। ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ 2017 ਦੇ ਵਿੱਚ ਖੁੱਲੀ ਬਗਾਵਤ ਕੀਤੀ ਸੀਗੀ ਕਾਂਗਰਸ ਹਾਈਕਮਾਨ, ਜੋ ਉਸ ਟਾਈਮ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਹੁੰਦੇ ਸੀਗੇ, ਔਰ ਇਹ ਤਕਰੀਬਨ ਦਿਨ ਵੀ ਤੈਅ ਹੋ ਗਿਆ ਸੀਗਾ ਜਦ ਉਹਨਾਂ ਨੇ ਆਪਣੀ ਵੱਖਰੀ ਪਾਰਟੀ ਬਣਾ ਕੇ ਭਾਜਪਾ ਦੇ ਨਾਲ ਅਲਾਇੰਸ ਕਰਕੇ ਉਹ ਇਲੈਕਸ਼ਨ ਲੜਨਾ ਸੀਗਾ। ਪਰ ਫਾਈਨਲੀ ਕਾਂਗਰਸ ਹਾਈਕਮਾਨ, ਜਿਹਨਾਂ ਦੀ ਨੇਚਰ ਨਹੀਂ ਸੀ ਝੁਕਣਾ, ਪਰ ਉਹ ਝੁਕੇ ਕਿਉਂਕਿ ਉਹ ਕਮਜ਼ੋਰ ਸੀਗੇ। ਹੁਣ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਉੱਤੇ, ਸਾਰਿਆਂ ਨੂੰ ਪਤਾ ਹੈ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਰਾਹੁਲ ਗਾਂਧੀ ਦੇ ਖਾਸਮ ਖਾਸ ਨੇ, ਪਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਜਦੋਂ ਖੁੱਡੇ ਲਾਈਨ ਲਾਇਆ ਤੇ ਲੋਕਾਂ ਦੇ ਵਿੱਚ ਬੜੀ ਸਰਸਰੀ ਤੌਰ ਤੇ ਇਹ ਗੱਲਾਂ ਚੱਲਦੀ ਸੀਗੀ ਵੀ ਨਹੀਂ, ਰਾਹੁਲ ਦੇ ਨਾਲ ਸਿੱਧੀ ਯਾਰੀ ਤੇ ਹੈਗੀ ਹੈ ਸਿੱਧੂ ਭਰਾ ਦੀ, ਤੇ ਸਿੱਧੂ ਦਾ ਰੀਹੈਬਿਲੀਟੇਸ਼ਨ ਤੇ ਪੱਕਾ ਹੋਏਗਾ। ਲੋ ਜੀ ਹੁਣ ਸਾਲ ਤੋਂ ਉੱਤੇ ਹੋ ਗਿਆ, ਸਿੱਧੂ ਕਿਸੇ ਨੀ ਨਜ਼ਰ ਆਉਂਦਾ, ਔਰ ਇਹ ਵੀ ਨਹੀਂ ਲੱਗਦਾ ਕਿ ਵੀ ਸਿੱਧੂ ਦਾ ਕੋਈ ਛੇਤੀ ਕਿਤੇ ਦੁਬਾਰਾ ਮੰਤਰੀ ਮੰਡਲ ਦੇ ਵਿੱਚ ਵਾਪਸੀ ਵੀ ਹੋ ਸਕਦੀ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਵਿਰੋਧ ਹੁਣ ਬਾਜਵਾ ਦੁੱਲੋ ਕਰਦੇ ਨੇ, ਪਰ ਬਾਜਵਾ ਦੁੱਲੋ ਦੇ ਵਿਰੋਧ ਕਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਖਿਲਾਫ਼ ਮੁਹਿੰਮ ਤੇ ਛੇੜੀ। ਪਰ ਤੁਸੀਂ ਹੁਣ ਦੇਖਿਆ ਹੋਏਗਾ ਹਫ਼ਤੇ ਪਹਿਲੇ ਜਿੱਦਾਂ ਦੀ ਗੱਲਾਂ ਕੈਪਟਨ ਸਾਹਿਬ ਕਹਿੰਦੇ ਸੀਗੇ, ਜਾਂ ਉਹ ਚਿੱਠੀ ਦਾ ਸਿਲਸਿਲਾ ਸੀਗਾ ਹਾਈਕਮਾਨ ਨੂੰ ਲਿਖਣ ਦਾ, ਉਹ ਸਿਲਸਿਲਾ ਕਿਸੇ ਨਾ ਕਿਸੇ ਜਗ੍ਹਾ ਗਾਇਬ ਜਿਹਾ ਹੋ ਗਿਆ। ਅਖਬਾਰਾਂ ਦੇ ਵਿੱਚ ਨਾ ਬਾਜਵਾ ਨੇ, ਨਾ ਦੁੱਲੋ ਨੇ, ਔਰ ਨਾ ਹੀ ਕੈਪਟਨ ਉਹਨਾਂ ਦਾ ਬਿਆਨ ਨੇ ਦੁੱਲੋ ਬਾਜਵਾ ਦੇ ਖਿਲਾਫ਼, ਔਰ ਨਾ ਹੀ ਦੁੱਲੋ ਬਾਜਵਾ ਦੇ ਬਿਆਨ ਨੇ ਕੈਪਟਨ ਦੇ ਖਿਲਾਫ਼। ਯਾਨੀ ਕਿਸੇ ਨਾ ਕਿਸੇ ਜਗ੍ਹਾ ਹਾਈਕਮਾਨ ਦੇ ਕਮਜ਼ੋਰ ਹੋਣ ਦੇ ਬਾਅਦ ਬਗਾਵਤ ਦੀ ਆਵਾਜ਼ ਤੇ ਉੱਠਦੀ ਹੈ, ਔਰ ਉਹੀ ਬਗਾਵਤ ਦੀ ਇੱਕ ਚਿੱਠੀ ਕਾਂਗਰਸ ਦੇ ਉਹਨਾਂ ਵੱਡੇ ਆਗੂਆਂ ਨੇ ਕਾਂਗਰਸ ਹਾਈਕਮਾਨ ਨੂੰ ਬਦਲਾਵ ਲਿਆਉਣ ਵਾਸਤੇ ਕੀਤੀ, ਔਰ ਉਹ ਸੀਗੇ ਗੁਲਾਮ ਨਬੀ ਆਜ਼ਾਦ, ਆਨੰਦ ਸ਼ਰਮਾ, ਮਨੀਸ਼ ਤਿਵਾਰੀ ਸੀਗੇ, ਪਠਲ ਮੈਡਮ ਸੀਗੀ, ਹੋਰ ਇਸ ਤਰ੍ਹਾਂ ਦੇ ਪੰਜ ਕਪਿਲ ਸਿੱਬਲ ਸੀਗੇ, ਯਾਨੀ 7-8 ਏਦਾਂ ਦੇ ਕਾਂਗਰਸ ਦੇ ਆਗੂ ਜਿਹਨਾਂ ਤੋਂ ਕਦੀ ਬਗਾਵਤ ਦੀ ਉਮੀਦ ਨਹੀਂ ਕੀਤੀ ਸੀ। ਇਹ ਵੀ ਮੰਨਿਆ ਜਾਂਦਾ ਸੀ ਵੀ ਗਾਂਧੀ ਪਰਿਵਾਰ ਦੇ ਝੰਡੇ ਥੱਲੇ ਹੀ ਕਾਂਗਰਸ ਇਕੱਠੀ ਰਹਿ ਸਕਦੀ ਹੈ, ਵਰਨਾ ਖੇਰੂ ਖੇਰੂ ਹੋ ਜਾਏਗੀ। ਉਹ ਗੱਲਾਂ ਕਿਸੇ ਨਾ ਕਿਸੇ ਜਗ੍ਹਾ ਨਜ਼ਰ ਆਈ, ਪਰ ਫਿਲਹਾਲ ਸੋਨੀਆ ਗਾਂਧੀ ਉਹਨਾਂ ਦਾ ਇੰਟਰੀਮ ਪ੍ਰਧਾਨ ਬਣ ਕੇ 6 ਮਹੀਨੇ ਤੱਕ ਰਹਿਣਾ, ਔਰ ਬਾਅਦ ਚੋਂ ਕਾਂਗਰਸ ਦਾ ਪ੍ਰਧਾਨ ਨਵਾਂ ਚਿਰਾਗ ਲੈ ਕੇ ਲੱਭਣਾ, ਇਸ ਗੱਲ ਦੇ ਉੱਤੇ ਸਹਿਮਤੀ ਹੋਈ। ਔਰ ਉਹ ਜਿੱਦਾਂ ਕਹਿੰਦੇ ਨਾ ਵੀ ਅੰਨੀ ਸੋਟੀ ਮਾਰੇ ਤੇ ਮੰਜੀ ਥੱਲੇ ਸੋਟਾ ਮਾਰੇ ਤੇ ਆਪਣੇ ਆਪ ਆਪਣੇ ਬੰਦੇ ਮਿਲਦੇ ਨੇ, ਬਿਲਕੁਲ ਬਿਲਕੁਲ ਉਹੀ ਗੱਲ ਹੈਗੀ ਹੈ। ਅਲਟੀਮੇਟਲੀ ਗਾਂਧੀ ਪਰਿਵਾਰ ਦਾ ਹੀ ਕੋਈ ਬੰਦਾ ਹੋਏਗਾ, ਭਾਵੇਂ ਉਹ ਪ੍ਰਿਯੰਕਾ ਗਾਂਧੀ ਹੋਏ ਜਾਂ ਫਿਰ ਰਾਹੁਲ ਗਾਂਧੀ ਹੋਏ, ਕਾਂਗਰਸ ਦਾ ਪ੍ਰਧਾਨ ਤੇ ਲੱਗਦਾ ਹੈ ਗਾਂਧੀ ਪਰਿਵਾਰ ਦੇ ਬਣੂਗਾ ਜੀ। ਪਰ ਨਹੀਂ, ਪ੍ਰਧਾਨ ਤਾਂ ਨੋ ਡਾਊਟ ਇਹੀ ਬਣਨਾ, ਇਹਨਾਂ ਕੋਲ ਹੀ ਰਹਿਣਾ ਕਿਤੇ। ਤੂੰ ਅਸੀਂ ਨੰਬਰ ਦਾ ਨਹੀਂ, ਜਿਵੇਂ ਪੁਰਾਣੀ ਕਹਾਵਤ ਆ ਨਾ, ਉਹ ਕੋਈ ਮੇਰੇ ਸੀਗਾ ਕੋਈ, ਉਹ ਪਿੰਡ ਦਾ ਨੰਬਰਦਾਰ ਮਰ ਗਿਆ, ਉਹ ਆਪਦੀ ਮਾਂ ਨੂੰ ਕਹਿੰਦਾ, ਮਾਂ ਆਖੇ ਨੰਬਰਦਾਰੀ ਕਿਹਨੂੰ ਮਿਲੂਗੀ? ਉਹਦੀ ਮਾਂ ਕਹਿੰਦੀ ਪੋਤੇ ਦੇ ਵੱਡੇ ਪੁੱਤ ਨੂੰ, ਕਹਿੰਦੀ ਜੇ ਉਹ ਮਰ ਜੇ, ਕਹਿੰਦੀ ਫਿਰ ਉਹਦੇ ਵੱਡੇ ਪੁੱਤ ਨੂੰ,
ਕਹਿੰਦੇ ਉਹਦਾ ਮੁੰਡਾ ਤਾਂ ਹਜੇ ਛੋਟਾ, ਕਹਿੰਦੀ ਫਿਰ ਉਹਦੇ ਭਰਾ ਨੂੰ ਮਿਲ ਜੂ। ਉਹ ਕਰੀ ਗਿਆ ਕਰੀ ਗਿਆ, ਕਹਿੰਦੀ ਪੁੱਤ ਭਾਵੇਂ ਸਾਰਾ ਪਿੰਡ ਮਰ ਜੇ ਤੈਨੂੰ ਨੰਬਰਦਾਰੀ ਨਹੀਂ ਮਿਲਣੀ। ਉਹੀ ਗੱਲ ਹੈਗੀ ਹੈ ਪ੍ਰਧਾਨਗੀ ਕਾਂਗਰਸ ਦੀ, ਭਾਵੇਂ ਜਿਹਨੂੰ ਮਰਜ਼ੀ ਮਿਲਣੀ ਹੋਇਆ, ਜਿੱਦਾਂ 6 ਮਹੀਨੇ ਦੀ ਗੱਲ ਚੱਲੀ ਹੈ, 6 ਮਹੀਨੇ ਬਾਅਦ ਕਾਂਗਰਸ ਦਾ ਨਵਾਂ ਪ੍ਰਧਾਨ ਆਏਗਾ, ਉਹ ਨਵਾਂ ਕੀ ਹੋਣਾ, ਉਹੀ ਰਾਹੁਲ ਗਾਂਧੀ ਹੋਣਾ ਹੈ ਜਾਂ ਪ੍ਰਿਯੰਕਾ ਗਾਂਧੀ ਹੋਣੀ ਹੈ। ਇਸ ਤੋਂ ਬਾਅਦ ਤੀਜੇ ਦੀ ਵਾਰੀ ਆਈ ਤੇ ਕਾਂਗਰਸ ਦੇ ਵਿੱਚ ਲੜਾਈ ਇੰਨੀ ਕੁ ਹੋਣੀ ਹੈ, ਕਿਉਂਕਿ ਗਾਂਧੀ ਪਰਿਵਾਰ ਦੇ ਬਗੈਰ, ਚਾਹੇ ਗਾਂਧੀ ਦੀ ਕੋਈ ਮੂਰਤੀ ਪਰਿਵਾਰ ਦੀ ਰੱਖ ਦੋ, ਉਹਦੇ ਥੱਲੇ ਤਾਂ ਕਾਂਗਰਸ ਇਕੱਠੇ ਹੋਣ ਨੂੰ ਤਿਆਰ ਨੇ, ਪਰ ਨੋਨ ਗਾਂਧੀ ਕੋਈ ਪ੍ਰਧਾਨ ਬਣਦਾ ਹੈ, ਜੋ ਸੀਤਾਰਾਮ ਕੇਸਰੀ ਦੇ ਟਾਈਮ ਤੇ ਦੇਖਿਆ ਗਿਆ। ਬਿਲਕੁਲ, ਮੈਨੂੰ ਯਾਦ ਹੈ ਜੀ ਜਦੋਂ ਤੁਹਾਨੂੰ ਸਾਲ ਤਾਂ ਮੇਰੇ ਖਿਆਲ ਹੋਏਗਾ ਇਹ 92-93 ਦਾ, ਜਦੋਂ ਇੰਡੋਰ ਸਟੇਡੀਅਮ ਕਲਕੱਤਾ ਦੇ ਵਿੱਚ ਜਿਹੜਾ ਕਾਂਗਰਸ ਦਾ ਜਿਹੜਾ ਅਧਿਵੇਸ਼ਨ ਸੱਦਿਆ ਗਿਆ ਸੀਗਾ, ਜਿੱਥੇ ਸੀਤਾਰਾਮ ਕੇਸਰੀ ਪ੍ਰਧਾਨ ਸੀ, ਜਿਸ ਢੰਗ ਦੇ ਨਾਲ ਹੂਟਿੰਗ ਕੀਤੀ ਜਦੋਂ ਸੀਤਾਰਾਮ ਸੋਨੀਆ ਗਾਂਧੀ ਆਈ ਤੇ ਸੀਤਾਰਾਮ ਕੇਸਰੀ ਨੂੰ ਮੰਚ ਤੋਂ ਜਾਣ ਲਈ ਮਜਬੂਰ ਹੋਣਾ ਪੈ ਗਿਆ ਸੀ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ, ਮੈਂ ਪ੍ਰੈਜ਼ੈਂਟ ਸੀਗਾ, ਮੈਨੂੰ ਉਸ ਅਧਿਵੇਸ਼ਨ ਦੇ ਵਿੱਚ, ਸਮਟਾਈਮਸ ਈਅਰ ਤੁਹਾਨੂੰ ਭੁੱਲ ਜਾਂਦਾ ਕਿਉਂਕਿ ਸਮਾਂ ਬਹੁਤ ਹੋ ਗਿਆ, ਨਹੀਂ ਉਹ ਜਾਂ ਚੀਜ਼ ਯਾਦ ਰਹਿੰਦੀ, ਪਰ ਉਹ ਜਿਹੜੇ ਸਿਨੇਰੀਓ ਸੀਗਾ, ਹਾਂਜੀ ਉਹ ਯਾਦ ਆ ਮੈਨੂੰ। ਦੇਖੋ ਤੁਸੀਂ ਸੀਤਾਰਾਮ ਕੇਸਰੀ ਉਹਨਾਂ ਦਾ ਨਾਂ ਤੱਕ ਵੀ, ਤੁਸੀਂ ਅਗਰ ਕਾਂਗਰਸ ਦੇ ਹੈੱਡਕੁਆਰਟਰ ਵਿੱਚ ਚਲੇ ਜਾਓ ਤੇ ਤੁਹਾਨੂੰ ਅੱਧੇ ਲੋਕਾਂ ਨੂੰ, ਜਿਹੜੇ ਨਵੇਂ ਜਮਾਨੇ ਦੀ ਪੀੜ੍ਹੀ ਆ, ਪੱਤਰਕਾਰ ਵੀ ਹੈਗੇ ਆ, ਉਹਨਾਂ ਨੂੰ ਇਹੀ ਨੀ ਪਤਾ ਵੀ ਸੀਤਾਰਾਮ ਕੇਸਰੀ ਕਦੇ ਪ੍ਰਧਾਨ ਵੀ ਹੁੰਦਾ ਸੀਗਾ, ਜਦਕਿ ਇਹ ਮੁਸ਼ਕਿਲ ਨਾਲ 20-25 ਸਾਲ ਪੁਰਾਣੀ ਵੀ ਗੱਲ ਨਹੀਂ ਹੈਗੀ, 20 ਕੁ ਸਾਲ ਪੁਰਾਣੀ ਗੱਲ ਹੋਏਗੀ ਇਹ ਗੱਲ, ਜਦ ਸੀਤਾਰਾਮ ਕੇਸਰੀ ਪ੍ਰਧਾਨ ਹੁੰਦੇ ਸੀ ਔਰ ਉਹਨਾਂ ਨੂੰ ਅਨਸੈਰੇਮੋਨੀਅਸਲੀ ਹਟਾਇਆ ਗਿਆ, ਹਟਾਉਣ ਤੋਂ ਬਾਅਦ ਉਹ ਜਦ ਮਰੇ ਤੇ ਉਹਨਾਂ ਦੀ ਕੋਈ ਬਹੁਤੀ, ਕੋਈ ਜਿੱਦਾਂ ਕਹਿੰਦੇ ਨਾ ਵੀ ਕਾਂਗਰਸ ਦਾ ਕੋਈ ਵੱਡਾ ਲੀਡਰ ਮਰਦਾ ਤੇ ਬਹੁਤ ਕੁਛ ਸ਼ੋਕ ਸਭਾਵਾਂ ਹੁੰਦੀ ਆ, ਉਦਾਂ ਦਾ ਵੀ ਕੁਛ ਖਾਸ ਨੀ ਦੇਖਣ ਨੂੰ ਮਿਲਿਆ। ਤੇ ਏਦਾਂ ਦੇ ਹਾਲਾਤ ਦੇ ਤੁਸੀਂ ਇਹ ਦੇਖੋ, ਭਾਵੇਂ ਪਾਰਟੀ ਜਿਹੜੀ ਮਰਜ਼ੀ ਹੋਏ, ਜਿਹਦਾ ਡੰਡਾ ਚੱਲਦਾ, ਅੱਜ ਮੋਦੀ ਸਾਹਿਬ ਦਾ ਡੰਡਾ ਬੀਜੇਪੀ ਦੇ ਵਿੱਚ ਚੱਲਦਾ, ਅਡਵਾਨੀ ਉਹਨਾਂ ਦਾ ਕੋਈ ਨਾਂ ਨੀ ਲੈਂਦਾ, ਅਡਵਾਨੀ ਉਹਨਾਂ ਕਦੀ ਹੁੰਦੇ ਸੀ ਡਿਪਟੀ ਚੀਫ ਮਿਨਿਸਟਰ ਔਰ ਅਡਵਾਨੀ ਡਿਪਟੀ ਪ੍ਰਾਈਮ ਮਿਨਿਸਟਰ, ਔਰ ਅਡਵਾਨੀ ਉਹਨਾਂ ਜਦ ਰੱਥ ਯਾਤਰਾ ਕੱਢ ਰਹੇ ਸੀਗੇ ਤੇ ਉਸ ਰੱਥ ਦਾ ਸਾਰਥੀ ਬਣੇ ਸੀ ਮੋਦੀ ਉਹਨਾਂ, ਔਰ ਅੱਜ ਅਡਵਾਨੀ ਜੀ ਕਿੱਥੇ ਨੇ ਔਰ ਮੋਦੀ ਜੀ ਕਿੱਥੇ ਨੇ। ਤੇ ਏਦਾਂ ਤੇ ਉਹੀ ਗੱਲ ਹੈਗੀ, ਜਿਹਦਾ ਡੰਡਾ ਚੱਲਦਾ, ਅੱਜ ਗਾਂਧੀ ਪਰਿਵਾਰ ਦਾ ਡੰਡਾ ਚੱਲਦਾ ਹੈ, ਉਸ ਡੰਡੇ ਥੱਲੇ ਸਾਰੇ ਇਕੱਠੇ ਹੋਣ ਨੂੰ ਤਿਆਰ ਨੇ। ਤੁਸੀਂ ਭੁੱਲ ਜਾਓ ਕਿ ਗਾਂਧੀ ਪਰਿਵਾਰ ਤੋਂ ਇਲਾਵਾ ਕੋਈ ਪ੍ਰਧਾਨ ਮਿਲ ਵੀ ਪਾਏਗਾ, ਔਰ ਜੇ ਮਿਲ ਵੀ ਗਿਆ ਤੇ ਉਹਦੇ ਥੱਲੇ ਕਾਂਗਰਸ ਇਕੱਠੀ ਨਜ਼ਰ ਆਏਗੀ, ਇਹ ਵੀ ਬੜਾ ਔਖਾ ਕੰਮ ਹੈ। ਸੋ ਇੱਧਰ ਗੱਲ ਇਹੀ ਹੈ ਨਾ ਜੀ, ਜੇ ਤੁਸੀਂ ਇਹ ਜਿਵੇਂ ਕੀ ਤੁਹਾਨੂੰ ਆਪਾਂ ਅੱਗੇ ਲੈ ਕੇ ਚੱਲੀਏ ਕਿ ਥਰਡ ਫਰੰਟ ਜਿਹੜਾ ਹੈਗਾ, ਤੁਹਾਨੂੰ ਯਾਦ ਹੋਊਗਾ ਇੱਕ ਵਾਰੀ ਥਰਡ ਫਰੰਟ ਵੀ ਇਸੇ ਤਰ੍ਹਾਂ ਹੋ ਕੇ ਤੇ ਉਹਦੇ 'ਚੋਂ ਜਨਤਾ ਦਲ ਨਵਾਂ ਉੱਭਰਿਆ ਸੀ ਅਤੇ ਜਨਤਾ ਪਾਰਟੀ ਉੱਭਰੀ, ਜਨਤਾ ਪਾਰਟੀ ਤੋਂ ਫਿਰ ਬੀਜੇਪੀ ਬਣੀ ਸੀ, ਕੁਝ ਇਸ ਤਰ੍ਹਾਂ ਦੇ ਵੀ ਸਿਨੇਰੀਓ ਦੇ ਆਪਾਂ ਗੱਲ ਕਰ ਸਕਦੇ। 3 ਵਾਰ ਏਦਾਂ ਦੇ ਮੌਕੇ ਆਏ ਨੇ ਜੀ, ਜਦ ਨੋਨ ਗਾਂਧੀ ਪਰਿਵਾਰ ਜਾਂ ਨੋਨ ਕਾਂਗਰਸ ਸਰਕਾਰ ਬਣਨ ਦਾ ਮੌਕਾ ਮਿਲਦਾ। ਸਾਨੂੰ ਯਾਦ ਹੋਏਗਾ 75 ਦੇ ਵਿੱਚ ਜਦ ਐਮਰਜੈਂਸੀ ਲੱਗੀ ਸੀ, ਉਸ ਤੋਂ ਬਾਅਦ ਜਨਸੰਘ ਬਣ ਕੇ ਤਿਆਰ ਹੋਇਆ ਸੀਗਾ ਤੇ ਥੋੜੇ ਸਾਲਾਂ ਬਾਅਦ ਉਹੀ ਜਨਸੰਘ ਜਨਤਾ ਪਾਰਟੀ ਬਣਿਆ, ਭਾਰਤੀ ਜਨਤਾ ਪਾਰਟੀ ਬਣਿਆ, ਔਰ ਉਸ ਟਾਈਮ ਇੱਕ ਜਨਤਾ ਪਾਰਟੀ ਵੀ ਨਿਕਲੀ ਸੀ ਚੰਦਰ ਸ਼ੇਖਰ ਵਾਲੀ, ਔਰ ਚੰਦਰ ਸ਼ੇਖਰ ਨੂੰ ਵੀ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਮਿਲ ਗਿਆ ਸੀਗਾ ਉਹੀ ਇਹ ਗਠਬੰਧਨ ਦੀ ਰਾਜਨੀਤੀ ਦੇ ਵਿੱਚ, ਔਰ ਏਦਾਂ ਹੀ ਚੌਧਰੀ ਚਰਨ ਸਿੰਘ ਨੂੰ ਵੀ। ਪਰ ਚੌਧਰੀ ਚਰਨ ਸਿੰਘ ਤੇ ਚੰਦਰ ਸ਼ੇਖਰ ਇਹੀ ਇੱਕ ਦੋ ਏਦਾਂ ਦੇ ਪ੍ਰਧਾਨ ਮੰਤਰੀ ਰਹੇ ਨੇ ਜਿਹਨਾਂ ਨੂੰ ਇੱਕ ਵਾਰ ਵੀ ਲਾਲ ਕਿਲ੍ਹੇ ਦੇ ਝੰਡਾ ਫਹਰਾਉਣ ਦਾ ਮੌਕਾ ਨਹੀਂ ਮਿਲਿਆ, ਔਰ ਉਸ ਤੋਂ ਬਾਅਦ ਫਿਰ ਵਾਰੀ ਆਈ ਯੂਨਾਈਟਿਡ ਫਰੰਟ ਦੀ, ਯਾਨੀ ਬੀਪੀ ਸਿੰਘ ਉਹਨਾਂ ਦਾ ਵਿੱਚ ਤੁਸੀਂ ਜ਼ਿਕਰ ਕਰਨਾ ਨਹੀਂ ਭੁੱਲਣਾ, ਕਿਉਂਕਿ ਬੀਪੀ ਸਿੰਘ ਉਹਨਾਂ ਨੇ ਜਦ ਫਾਈਨੈਂਸ ਮਿਨਿਸਟਰ ਹੁੰਦੇ ਹੋਏ ਰਾਜੀਵ ਗਾਂਧੀ ਤੋਂ ਬਗਾਵਤ ਕੀਤੀ ਸੀ ਤੇ ਉਸ ਟਾਈਮ ਸਭ ਤੋਂ ਜ਼ਿਆਦਾ ਇਮਾਨਦਾਰ ਲੀਡਰ ਬਣ ਕੇ ਦੇਸ਼ ਦੇ ਵਿੱਚ ਬੀਪੀ ਸਿੰਘ ਉਹਨਾਂ ਉਭਰੇ ਸੀਗੇ, ਜਦ ਜਨਤਾ ਦਲ ਦੀ ਸਰਕਾਰ ਵੀ ਆਈ ਸੀ। ਪਰ ਉਹ ਮੰਡਲ ਕਮਿਸ਼ਨ ਜਿਸ ਮੁੱਦੇ ਦੇ ਉੱਤੇ ਬੀਪੀ ਸਿੰਘ ਦੀ ਸਰਕਾਰ, ਨਾ ਕੇਵਲ ਬੀਪੀ ਸਿੰਘ ਦੀ ਸਰਕਾਰ ਚਲੀ ਗਈ, ਪਰ ਉਸ ਤੋਂ ਬਾਅਦ ਉਹਨਾਂ ਦਾ ਵੀ ਉਹੀ ਹਾਲ ਹੋਇਆ ਜਿਹੜਾ ਚੰਦਰ ਸ਼ੇਖਰ ਤੇ ਚੌਧਰੀ ਚਰਨ ਸਿੰਘ ਉਹਨਾਂ ਦਾ ਹੋਇਆ, ਜਿਹਨਾਂ ਦਾ ਨਾਂ ਲੈਣ ਵਾਲਾ ਨਾ ਜਨਤਾ ਦਲ ਦੇ ਵਿੱਚ ਨਾ ਕਾਂਗਰਸ ਦੇ ਵਿੱਚ ਹੁਣ ਹੈਗਾ। ਫਿਰ ਇੰਦਰ ਕੁਮਾਰ ਗੁਜਰਾਲ ਉਹਨਾਂ ਦਾ ਵੀ ਲਾਟਰੀ ਲੱਗੀ, HD ਦੇਵੇਗੌੜਾ ਉਹਨਾਂ ਦੀ ਵੀ ਲਾਟਰੀ ਲੱਗੀ, ਜਿਹੜੇ ਦੇਵੇਗੌੜਾ ਉਹਨਾਂ ਦਾ ਨਾਂ ਹੀ ਨੀ ਕੋਈ ਜਾਣਦਾ ਸੀਗਾ ਜਦ ਤੱਕ ਉਹ ਪ੍ਰਧਾਨ ਮੰਤਰੀ ਨਹੀਂ ਬਣੇ, ਔਰ ਕਿਹਾ ਜਾਂਦਾ ਸੀ ਵੀ 1-2 ਹੀ ਬੰਦੇ ਉਹਨਾਂ ਦੀ ਪਾਰਟੀ ਦੇ ਸੀਗੇ ਜਦ ਉਹ ਪ੍ਰਧਾਨ ਮੰਤਰੀ ਬਣੇ, ਤੇ ਬੱਚਿਆਂ ਨੂੰ ਸਕੂਲ ਦੇ ਵਿੱਚ ਜਦ ਦੇਵੇਗੌੜਾ ਦਾ ਨਾਂ ਲਿਖਣ ਨੂੰ ਆਉਂਦਾ ਸੀ ਵੀ ਦੇਸ਼ ਦੇ ਪ੍ਰਧਾਨ ਮੰਤਰੀ ਕੌਣ ਹੈ, ਅੱਧੇ ਬੱਚੇ ਤਾਂ ਉਦਾਂ ਹੀ ਫੇਲ ਹੋ ਜਾਂਦੇ ਸੀਗੇ। ਮੈਂ ਹੁਣ ਤੁਹਾਨੂੰ ਵੀ ਪੁੱਛਾਂ HD ਦੇਵੇਗੌੜਾ ਦੀ ਫੁੱਲ ਫਾਰਮ ਕੀ ਸੀਗੀ, ਸ਼ਾਇਦ ਤੁਸੀਂ ਵੀ ਕੰਫਿਊਜ਼ ਹੋ ਜਾਓ ਵੀ HD ਕੀ ਸੀਗਾ। ਹਾਂਜੀ ਹਾਂਜੀ, ਹਰਦਨ ਹਲੀ, ਹਰਵਨਾ ਦਿੱਲੀ, ਏਦਾਂ ਹੀ ਕੁਛ ਸੀ, ਹਰਵਨਾ ਦਿੱਲੀ ਦੇ ਦੋਦੇਗੌੜਾ ਦੇਵੇਗੌੜਾ। ਹਾਂਜੀ, ਉਹ ਕਿਉਂਕਿ ਉਹਨਾਂ ਦੇ ਉਹ ਨਾਂ ਨੇ ਨਾ ਜੀ, ਆਪਣੇ ਪਰਿਵਾਰ ਦੇ ਦਾਦੇ ਦਾ
ला ਦਿੰਦੇ ਨੇ। ਪਰ ਤੁਸੀਂ ਦੇਖੋ ਦਰਵਾਲੇ ਸਾਹਿਬ ਬੱਚਿਆਂ ਨੂੰ ਕਿੰਨੀ ਮੁਸੀਬਤ ਹੋ ਗਈ ਸੀ ਜਦ ਪ੍ਰਧਾਨ ਮੰਤਰੀ ਦਾ ਪੂਰਾ ਨਾਂ ਲਿਖਣਾ ਪੈਂਦਾ ਸੀ ਉਹਨਾਂ ਨੂੰ, ਤੇ ਅੱਧੇ ਬੱਚੇ ਤਾਂ ਉਦਾਂ ਹੀ ਫੇਲ ਹੋ ਜਾਂਦੇ ਸੀ ਕਿ ਐਚ ਡੀ ਦਾ ਤਾਂ ਮਤਲਬ ਸਾਨੂੰ ਅੱਜ ਤੱਕ ਨਹੀਂ ਸਮਝ ਆਇਆ, ਜਾਂ ਲਿਖਣਾ ਪੈ ਜਾਏ ਤਾਂ ਸਾਨੂੰ ਔਖਾ ਹੋ ਜਾਏ ਸਪੈਲਿੰਗ ਲਿਖਣੇ, ਤੇ ਉਹਨਾਂ ਛੋਟੇ ਛੋਟੇ ਬੱਚਿਆਂ ਦਾ ਹਾਲ ਦੇਖੋ ਜਿਹਨਾਂ ਨੂੰ ਪ੍ਰਧਾਨ ਮੰਤਰੀ ਦਾ ਨਾਂ ਲਿਖਣਾ ਪੈਂਦਾ ਹੋਇਆ। ਉਹਨਾਂ ਦਾ ਨਾਂ ਸੀ ਹਰਦਨ ਹੱਲੀ ਡੋਡੇ ਗੌਡਾ ਦੇਵੇ ਗੌਡਾ। ਹਾਂਜੀ ਹਾਂਜੀ, ਮੈਂ ਲਿੱਤਾ ਉਹਨੇ ਨਾਮ ਥੋੜੀ ਦੇਰ ਪਹਿਲੇ, ਪਰ ਸਪੈਲਿੰਗ ਵਾਸਤੇ ਮੈਨੂੰ ਵੀ ਥੋੜਾ ਜਿਹਾ ਡਾਊਟ ਜਿਹਾ ਹੋਏਗਾ। ਫਿਰ ਇੰਦਰ ਕੁਮਾਰ ਗੁਜਰਾਲ ਉਹਨਾਂ ਦੀ ਵਾਰੀ ਆਈ ਜਦ ਜਲੰਧਰ ਦੀ ਲਾਟਰੀ ਲੱਗੀ, ਕਿਉਂਕਿ ਜਲੰਧਰ ਤੋਂ ਐਮਪੀ ਹੁੰਦੇ ਸੀਗੇ ਜਨਤਾ ਦਲ ਦੇ ਹੀ, ਲੇਕਿਨ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪੰਜਾਬ ਨੂੰ ਖਾਸ ਕਰਕੇ ਜਲੰਧਰ ਨੂੰ ਕਾਫੀ ਕੁਝ ਮਿਲਿਆ, ਭਾਵੇਂ ਕੁਝ ਚੀਜ਼ਾਂ ਉਹਦੇ ਵਿੱਚੋਂ ਕਾਗਜ਼ਾਂ 'ਚ ਹੀ ਰਹਿ ਗਈ। ਜੀ ਜੀ, ਖਾਸ ਕਰਕੇ 84 ਕਰੋੜ ਦਾ ਜਿਹੜਾ ਕਰਜ਼ ਮਾਫ਼ ਕਰ ਦਿੱਤਾ ਸੀਗਾ ਗੁਜਰਾਲ ਸਾਹਿਬ ਨੇ, ਅੱਜ ਤੱਕ ਉਹ ਅੱਤਵਾਦ ਦਾ 84 ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੇ ਉੱਤੇ ਖੜਾ ਹੈ, ਪਰ ਇੰਦਰ ਕੁਮਾਰ ਗੁਜਰਾਲ ਉਹਨਾਂ ਨੇ ਆਪਣੀ ਤਰਫੋਂ ਮਾਫ ਕਰਤਾ ਸੀਗਾ। ਯਾਨੀ ਬਹੁਤ ਸਾਰੀ ਗੱਲਾਂ ਹੈਗੀਆਂ, ਜਦ ਹਾਈਕਮਾਨ ਕਮਜ਼ੋਰ ਹੋਏ ਤੇ ਫਿਰ ਲੋਕੀ ਜਾਂ ਪਰਿਵਾਰ ਦਾ ਵੀ ਮੁਖੀਆ ਕੋਈ ਕਮਜ਼ੋਰ ਹੋਏ, ਹਰ ਬੱਚਾ ਫਿਰ ਆਪਣੀ ਆਪਣੀ ਚਲਾਉਂਦਾ, ਔਰ ਉਹੀ ਕੁਝ ਅੱਜ ਕਾਂਗਰਸ ਦੇ ਵਿੱਚ ਵੀ ਹੋ ਰਿਹਾ। ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ। ਤੇ ਹੁਣ ਆਪਾਂ ਗੁਰਦਾਸਪੁਰ ਦਾ ਰੁਖ ਕਰਦੇ ਹਾਂ, ਨਿਤਿਨ ਲੂਥਰਾ ਜੀ ਮੇਰੇ ਨਾਲ ਨੇ। ਨਿਤਿਨ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਦਰਵਾਲੇ ਸਾਹਿਬ। ਨਿਤਿਨ ਜੀ, ਬਾਬਾ ਜੀ ਦੇ 534ਵਾਂ ਵਿਆਹ ਪੁਰਬ, ਕਿਸ ਤਰ੍ਹਾਂ ਦੀਆਂ ਜਿਹੜੀਆਂ ਉੱਥੇ ਰੌਣਕਾਂ ਰਹੀਆਂ, ਕਿਉਂਕਿ ਸਰਕਾਰ ਕੰਨੀਓ ਜਾਂ ਪ੍ਰਸ਼ਾਸਨ ਕੰਨੀਓ ਤਾਂ ਕਿਹਾ ਗਿਆ ਸੀਗਾ ਕਿ ਬਹੁਤ ਹੀ ਸੀਮਤ ਇਕੱਠ ਦੇ ਨਾਲ ਮਨਾਉਣਾ ਸੀ। ਬਿਲਕੁਲ ਦਰਵਾਲੇ ਸਾਹਿਬ, ਅੱਜ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 534ਵਾਂ ਜਿਹੜਾ ਵਿਆਹ ਪੁਰਬ ਜੀ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰਸ਼ਾਸਨ ਵੱਲੋਂ ਨਗਰ ਕੀਰਤਨ ਕੱਢਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਔਰ ਨਾ ਹੀ ਕੋਈ ਵੱਡੇ ਸਮਾਗਮ ਕਰਨ ਦੀ ਇਜਾਜ਼ਤ ਦਿੱਤੀ ਗਈ। ਸਰਕਾਰ ਵੱਲੋਂ ਹਦਾਇਤ ਸੀ ਕਿ 20 ਲੋਕਾਂ ਤੋਂ ਵੱਧ ਗੁਰਦੁਆਰਾ ਸਾਹਿਬ ਦੇ ਅੰਦਰ ਸੰਗਤ ਨਹੀਂ ਹੋਏਗੀ, ਪਰ ਸੰਗਤ ਜਦੋਂ ਆ ਜਾਂਦੀ ਉਹਨੂੰ ਰੋਕਿਆ ਨੀ ਜਾ ਸਕਦਾ ਕਿਉਂਕਿ ਬਹੁਤ ਭੀੜ ਹੈ ਬਾਜ਼ਾਰ ਚ, ਤੇ ਗੁਰਦੁਆਰਾ ਸਾਹਿਬ ਬਹੁਤ ਸੰਜਸਟਡ ਜਿਹਾ ਬਾਜ਼ਾਰ ਆ ਜਿੱਥੇ ਇਹ ਗੁਰਦੁਆਰਾ ਸਾਹਿਬ ਆ, ਤੇ ਉਸਦੇ ਨਾਲ ਨਾਲ ਸੰਗਤ ਜਦੋਂ ਉੱਥੇ ਪਹੁੰਚੀ ਨਤਮਸਤਕ ਹੋਣ, ਕਿਤੇ 2 ਦਿਨ ਤੋਂ ਸਮਾਗਮ ਚੱਲਦੇ ਪਏ ਸੀ, ਰਾਤ ਦੇ ਦੀਵਾਨ ਬੰਦ ਕਰਾਏ ਗਏ ਨੇ, ਪਰ ਫਿਰ ਵੀ ਕਿਤੇ ਨਾ ਕਿਤੇ ਲੋਕਾਂ ਦੀ ਆਸਥਾ ਜੁੜੀ ਦੀ ਹੈ, ਸ਼ਰਧਾ ਜੁੜੀ ਰਹੀ ਹੈ, ਜਿਸ ਤੋਂ ਲੈ ਕੇ ਲੋਕ ਵੱਡੀ ਗਿਣਤੀ ਦੇ ਵਿੱਚ ਨਤਮਸਤਕ ਹੋਣ ਪਹੁੰਚੇ। ਪਰ ਬਟਾਲੇ ਵਾਲਿਆਂ ਵਾਸਤੇ ਅੱਜ ਦਾ ਦਿਨ ਬੜਾ ਕਿਹਾ ਜਾ ਸਕਦਾ ਮਹੱਤਵਪੂਰਨ ਹੁੰਦਾ ਸੀ। ਉਸਦਾ ਕਾਰਨ ਸੀ ਕਿ ਬਟਾਲੇ ਦਾ ਚਾਹੇ ਕਿਸੇ ਵੀ ਧਰਮ ਨਾਲ ਰਿਲੇਟਡ ਸੀ ਬਟਾਲੇ ਵਾਲੇ ਸਾਹਿਬ, ਕਿਉਂਕਿ ਤੁਸੀਂ ਵੀ ਪੂਰੇ ਪੰਜਾਬ ਦਾ ਭ੍ਰਮਣ ਕੀਤਾ ਵਾ ਤੇ ਸਾਰੇ ਜਿਹੜਾ ਦਿਨ ਤਿਉਹਾਰ ਤੁਹਾਨੂੰ ਪਤਾ ਵਾ ਜੀ ਜੀ, ਇਹ ਦਿਨ ਦਾ ਇੰਤਜ਼ਾਰ ਹਰ ਧਰਮ ਦੇ ਲੋਕ ਨੂੰ ਰਹਿੰਦਾ ਵਾ ਕਿ ਬਾਬੇ ਨਾਨਕ ਦਾ ਵਿਆਹ, ਇੱਥੋਂ ਤੱਕ ਕਿ ਰਿਸ਼ਤੇਦਾਰੀਆਂ ਜਿਹੜੀਆਂ ਨੇ ਉਹ ਵੀ ਚੇਤੇ ਤੌਰ ਤੇ ਪਹੁੰਚਦੀਆਂ ਨੇ ਕਿ ਚਲੋ ਬਟਾਲੇ ਚੱਲੀਏ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਿਆਹ ਪੁਰਬ ਦੇਖਦੇ। 3 ਦਿਨ ਦਾ ਜੋੜ ਵੇਲਾ ਹੁੰਦਾ ਵਾ ਤੇ ਲੋਕ ਬਾਹਰੋਂ ਬਹੁਤ ਦੁਨੀਆਂ ਆਉਂਦੀ ਹੈ। ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਬਰਾਤ ਰੂਪੀ ਚੱਲਦਾ ਵਾ ਜਿਹੜਾ ਕਿ 1 ਦਿਨ ਪਹਿਲਾਂ ਚੱਲਦਾ ਵਾ ਤੇ ਅਗਲੇ ਦਿਨ ਫਿਰ ਉਹ ਬਟਾਲਿਓ ਜਿਹੜਾ ਵਾ ਦੁਬਾਰਾ ਫੇਰ ਨਗਰ ਕੀਰਤਨ ਸਜਦਾ ਵਾ ਤੇ ਉਹ ਬਟਾਲੇ ਦੀ ਪਰਿਕਰਮਾ ਕਰਦਾ ਵਾ ਗੁਰਦੁਆਰਾ ਖਾਲਸਾ, ਜਿੱਥੇ ਕਿ ਬਾਬਾ ਨਾਨਕ ਜੀ ਦੀ ਕੰਧ ਜਿਹੜੀ ਉਹਨਾਂ ਨੇ ਆਸ਼ੀਰਵਾਦ ਦਿੱਤਾ ਸੀ ਉਹ ਅੱਜ ਵੀ ਸਥਾਪਿਤ ਆ ਜੀ। ਇੱਥੇ ਆ ਕੇ ਵੀ ਸਮਾਪਤੀ ਹੁੰਦੀ ਆ, ਝੂਲੇ ਲੱਗਦੇ ਨੇ, ਗੱਤਕੇ ਹੁੰਦੇ ਨੇ, ਬਾਜ਼ਾਰ ਬਹੁਤ ਜ਼ਿਆਦਾ ਲੱਗਦੇ ਨੇ, ਲੇਕਿਨ ਇਸ ਵਾਰ ਇਹ ਸਾਰੀਆਂ ਚੀਜ਼ਾਂ ਤੋਂ ਵਾਂਝਾ ਰਿਹਾ ਬਟਾਲਾ ਤੇ ਹਰ ਧਰਮ ਦਲਵਲੇ ਸਾਹਿਬ ਹਰ ਨੁੱਕੜ ਗਲੀ ਚੁਰਾਹੇ ਤੇ ਖੰਡੇ ਮਿੱਠੇ ਜਾਲ ਚ ਹਰ ਤਰ੍ਹਾਂ ਦਾ ਲੰਗਰ ਜਿਹੜਾ ਵਾ ਉਹ ਵਰਤਾਇਆ ਜਾਂਦਾ ਸੀ। ਇਸ ਵਾਰ ਸੰਗਤ ਆਈ ਤੇ ਜ਼ਰੂਰ ਲੋਕਲ ਕਹਿ ਲਓ ਜਾਂ ਲਾਗੇ ਚਾਗੇ ਦੇ ਪਿੰਡਾਂ ਦੀ ਸੰਗਤ ਕਹਿ ਲਓ, ਇਸ ਤੋਂ ਇਲਾਵਾ ਜਿਹੜਾ ਵਾ ਬਾਹਰੋਂ ਸੰਗਤ ਨਹੀਂ ਆਈ, ਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਨਹੀਂ ਆਈ। ਸਮਾਗਮ ਵੀ ਨਹੀਂ ਵੱਡੇ ਕੀਤੇ ਗਏ, ਕਥਾ ਬਾਦਸ਼ਾਹ ਨੇ ਕਥਾ ਕੀਤੀ, ਕੀਰਤਨ ਵਾਲੇ ਕੀਰਤਨ ਕੀਤੇ ਤੇ ਗੁਰੂ ਦੇ ਲੜ ਲਾਇਆ, ਪਰ ਜ਼ਿਆਦਾਤਰ ਜਿਹੜੀ ਹੈ ਸੰਗਤ ਇਸ ਵਾਰ ਨਿਰਾਸ਼ ਹੀ ਦਿਖੀ ਜੀ। ਧੰਨਵਾਦ ਜੀ। ਸੋ ਬੇ ਨਿਰਾਸ਼ਾ ਤਾਂ ਹੁੰਦੀ ਹੈ ਜੀ ਸਾਰਾ, ਤੇ ਬਿਲਕੁਲ। ਤੇ ਇੱਕ ਬਾਕੀ ਗੱਲਾਂ ਕਰੀਏ, ਹੁਣ ਖਬਰਾਂ ਜੀਆਂ ਘੱਟ ਗਈਆਂ ਥੋੜ੍ਹੀਆਂ ਜੀਆਂ ਵੀ ਪੰਜਾਬ ਪੁਲਿਸ ਸ਼ਰਾਬ ਫੜਨ ਨੂੰ ਹਟ ਗਈ, ਕੋਈ ਹੈ ਕੋਈ ਖਬਰ ਖੁਬਰ ਵੀ ਕਿਤੇ ਫੜੀ? ਅੱਜ 1 ਲੱਖ ਮਿਲੀ ਲੀਟਰ ਇਹ ਮਿਲੀ ਲੀਟਰਾਂ ਦੇ ਵਿੱਚ ਬੜੀ ਲੱਖ, 1 ਲੱਖ ਮਿਲੀ ਲੀਟਰ ਕਹਿ ਕੇ ਜੇ ਡਰਾ ਜੇ ਦਿੰਦੇ ਪਤਾ ਨੀ ਕਿੰਨੀ ਫੜਦੀ ਹੁੰਦੀ ਆ। ਮੈਂ ਤੁਹਾਨੂੰ ਦੱਸ ਦਿੰਦਾ ਜੀ, ਜਿਹੜੇ ਲੀਟਰਾਂ ਚ ਕਹਿੰਦੇ ਆ ਤੇ ਬਹੁਤ ਥੋੜੀ ਹੁੰਦੀ ਆ। ਅੱਛਾ, ਮਤਲਬ 750 ML ਸੀ ਕਿ 700 ML ਦੀ ਸ਼ਾਇਦ ਇੱਕ ਬੋਤਲ। ਹਾਂਜੀ ਹਾਂਜੀ ਹਾਂਜੀ, ਬੋਤਲਾਂ ਚ ਦੱਸਿਆ ਜਾਵੇ ਤੇ ਉਹ ਥੋੜੀ ਅਖਬਾਰੀ ਫਿਗਰ ਕਹਿ ਲਓ ਜਾਂ ਪੱਤਰਕਾਰਤਾ ਦੇ ਵਿੱਚ ਉਹ
अंतरराष्ट्रीय कीमत 200 करोड़ दी हेरोइन फड़ी शराब दे विच वी कीड़े पए रहे। अच्छा, और जो असीं एक्साइज विभाग दे इंस्पेक्टरां नाल गल कीती आ, पुलिस नाल गल कीती, तां उहनां ने वी इह गल मन्निया कि इह शराब जिहड़ी आ नुकसान दे हो सकदी सी, अगर ਮੌਕੇ ਤੇ ਇਸਨੂੰ ਨਾ ਫੜਿਆ ਜਾਂਦਾ। ਮੁੱਖ ਬਰਖਾਸ ਨੇ ਇਤਲਾਹ ਦਿੱਤੀ ਤੇ ਉਸ ਤੋਂ ਬਾਅਦ ਜਿਹੜੀ ਰਿਕਵਰੀ ਕੀਤੀ ਗਈ ਜੀ ਧੰਨਵਾਲ ਸੋ। ਚਲੋ ਜੀ, ਬਚਾ ਲਏ ਲੋਕ ਤੇ ਆਪਾਂ ਜਿਹੜਾ ਹੁਣ ਅੱਗੇ ਜਿਹੜੀਆਂ ਤੁਹਾਡੇ ਨਾਲ ਫੇਰ ਖਬਰਾਂ ਕਰਾਂਗੇ ਸਾਂਝੀਆਂ। ਧੰਨਵਾਦ ਜੀ ਜੀ। ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਜੁੜੇ ਹੋ ਤੇ ਖਬਰਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸੋ ਸਾਡੇ ਨਾਲ ਸਾਡੇ ਸਹਿਯੋਗੀ ਜਿਹੜੇ ਨੇ ਉਹ ਲਗਾਤਾਰ ਜੁੜੇ ਹੋਏ ਨੇ ਤੇ ਹੁਣ ਸਾਡੇ ਨਾਲ ਗੁਰਦਰਸ਼ਨ ਸੰਧੂ ਨੇ। ਗੁਰਦਰਸ਼ਨ ਜੀ, ਕੀ ਬੋਲਦਾ ਜੀ ਅੱਜ ਫਿਰੋਜ਼ਪੁਰ? ਫਿਰੋਜ਼ਪੁਰ ਪੁੱਛ ਰਿਹਾ ਡਿਸਟ੍ਰਿਕਟ ਆ ਜੀ, ਇਹਨੇ ਕੀ ਬੋਲਣਾ ਹੈ ਵਿਚਾਰਾ। ਜਦੋਂ ਫਿਰੋਜ਼ਪੁਰ ਦੀ ਵਾਰੀ ਆਉਂਦੀ ਉਦੋਂ ਪੰਜਾਬ ਸਾਰਾ ਦੇਸ਼ ਹੀ ਖਤਮ ਹੋ ਜਾਂਦਾ, ਪੰਜਾਬ ਦਾ ਐਂਡ ਹੋ ਜਾਂਦਾ ਹਨਾ, ਅਗਾਂਹ ਪਾਕਿਸਤਾਨ ਸ਼ੁਰੂ ਹੋ ਜਾਂਦਾ ਜੀ। ਇੱਥੇ ਤਾਂ ਮਾਤੜ ਲੋਕ ਨੇ, ਇਹਨਾਂ ਨੂੰ ਕਦੀ ਸਤਲੁਜ ਦੀ ਮਾਰ ਪੈ ਜਾਂਦੀ ਆ ਤੇ ਕਦੇ ਪਾਕਿਸਤਾਨ ਵਾਲਾ ਵੀ ਘੂਰੀ ਵੱਟਦਾ, ਜਾਂ ਉਧਰੋਂ ਕੋਈ ਗੱਲ ਬਣਦੀ ਤਾਂ ਵੀ ਮਾਰ ਪੈ ਜਾਂਦੀ ਆ। ਜੇ ਹੈਰੋਇਨ ਆਉਂਦੀ ਆ, ਹਥਿਆਰ ਆਉਂਦੇ ਨੇ ਫਿਰੋਜ਼ਪੁਰ ਨੂੰ, ਤਾਂ ਵੀ ਮਾਰ ਪੈ ਜਾਂਦੀ ਹੈ। ਤੇ ਇੱਕ ਮਾਰ ਜਿਹੜੀ ਸਭ ਤੋਂ ਵੱਡੀ ਜਿਹੜੀ ਰਾਜਨੀਤਿਕ ਲੋਕਾਂ ਵੱਲੋਂ ਪੈ ਜਾਂਦੀ ਵੀ ਇੱਥੋਂ ਤੱਕ ਆਉਂਦੀ ਹੁੰਦੀ ਗਰਾਂਟੀ ਖਤਮ ਹੋ ਜਾਂਦੀ, ਠੀਕ ਹੈ ਜੀ। ਤੇ ਬਾਕੀ ਰਹਿੰਦਾ ਖੁੰਦਾ ਸਾਡੇ ਲੀਡਰ ਤੇ ਜਿਹੜੇ ਮਾੜੀ ਘਟੀਆਂ ਸੋਚ ਦੇ ਅਫਸਰ ਜਿਹੜੇ ਹਿੰਦੇ ਡਿਸਟ੍ਰਿਕਟ ਦੇ ਉੱਤੇ ਬੈਠੇ, ਉਤਲੇ ਪੱਧਰ ਦੀ ਗੱਲ ਮੈਂ ਕਰਾਂ, ਉਹ ਲੈ ਕੇ ਬਹਿ ਗਏ ਸਾਡੇ ਇਲਾਕੇ ਨੂੰ। ਮੈਂ ਗੱਲ ਕਰਦਾ ਸਤਲੁਜ ਦਰਿਆ ਚ ਵਸੇ ਪਿੰਡਾਂ ਦੀ, ਜਿਹੜੀਆਂ ਜਿਹੜੀਆਂ ਪਿਛਲੇ ਸ਼ਬਦਾਂ ਦੇ ਵਿੱਚ ਮੈਂ ਥੋੜੀਆਂ ਜਿਹੀਆਂ ਚੂੰਡੀਆਂ ਵੱਡੀਆਂ ਨੇ, ਉਹ ਇਹ ਹੈ ਕਿ ਸਤਲੁਜ ਦੇ ਵਿੱਚ ਜਿਹੜੇ ਪਿੰਡ ਵਸੇ ਆ, ਆਪਾਂ ਹਰੀਕੇ ਤੋਂ ਸ਼ੁਰੂ ਹੋ ਜਾਈਏ ਤਾਂ ਸਤਲੁਜ ਦਰਿਆ ਦੇ ਵਿੱਚ ਹਜ਼ਾਰਾਂ ਲੱਖਾਂ ਏਕੜ ਜ਼ਮੀਨ ਜਿਹੜੀ ਆ ਹਰੀਕੇ ਤੋਂ ਲੈ ਕੇ, ਕਿਉਂਕਿ ਹਰੀਕੇ ਜਿਹੜਾ ਹੈਗਾ ਹਰੀਕੇ ਹੈੱਡਵਰਕਸ ਆ ਉਹ ਫਿਰੋਜ਼ਪੁਰ ਸ਼ਹਿਰ ਦੇ ਫਿਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ ਆਉਂਦਾ, ਭਾਵੇਂ ਉਹਨੂੰ ਜੋੜਿਆ ਭਾਵੇਂ ਹਰੀਕੇ ਤਰਨ ਤਾਰਨ ਦੇ ਨਾਲ ਜਾਂਦਾ, ਪਰ ਹੈ ਉਹ ਜਿਹੜੀ ਪ੍ਰੋਪਰਟੀ ਜਿਹੜੀ ਆ ਉਹ ਫਿਰੋਜ਼ਪੁਰ ਦੀ ਆ ਜੀ। ਉੱਥੋਂ ਲੈ ਕੇ ਤਾਂ ਫਿਰੋਜ਼ਪੁਰ ਦਾ ਜਿੱਥੇ ਐਂਡ ਹੁੰਦਾ ਜੀ, ਪਹਿਲਾਂ ਤਾਂ ਅਬੋਹਰ ਤੱਕ ਹੁੰਦਾ ਸੀ, ਹੁਣ ਚਲੋ ਜਿੱਥੇ ਵੀ ਗੁਰੂ ਸਾਹਿਬ ਸਾਡੇ ਜਿਹੜੇ ਪਿੰਡਾਂ ਦਾ ਐਂਡ ਹੁੰਦਾ। ਲੱਖਾਂ ਏਕੜ ਜ਼ਮੀਨ ਜਿਹੜੀ ਹੈਗੀ ਆ ਪਿਛਲੇ ਕਈ ਸਾਲਾਂ ਤੋਂ ਹੜਾਂ ਦੀ ਪਾਣੀ ਦੇ ਨਾਲ ਬਰਬਾਦ ਹੋਈ ਫਸਲ ਦਾ ਮੁਆਵਜ਼ੇ ਨੂੰ ਤਰਸਦੇ ਲੋਕ ਲੀਡਰਾਂ ਦੇ ਹਾੜੇ ਕੱਢਦੇ ਥੱਕ ਗਏ ਆ ਜੀ। ਠੀਕ ਹੈ ਜੀ, ਕੋਈ ਮੁਆਵਜ਼ਾ ਨੀ, ਕੋਈ ਕੁਛ ਨੀ, ਅੱਜ ਵੀ ਲੋਕ ਤੜਫ ਰਹੇ ਆ, ਅੱਜ ਵੀ ਪੱਤਰਕਾਰਾਂ ਨੂੰ ਫੋਨ ਆਉਂਦੇ ਆ, ਸਾਡੀ ਕੋਈ ਖਬਰ ਹੀ ਲਾ ਦਿਓ, ਵਿਚਾਰੇ ਇਕੱਠੇ ਹੋਣੋ ਵੀ ਗਏ ਕਰੋਨਾ ਕਰਕੇ, ਵੀ ਪਰਚਾ ਨਾ ਹੋਏ ਇਕੱਠੇ ਵੀ ਨੀ ਹੁੰਦੇ। ਤੋ ਕਹਾਣੀ ਇਹ ਆ ਕਿ ਲੋਕ ਤਰਸਦੇ ਆ, ਫੋਨ ਆਉਂਦੇ ਆ ਸਾਨੂੰ ਕਿ ਸਾਡੀਆਂ ਕੋਈ ਖਬਰਾਂ, ਸਾਡੀ ਆਵਾਜ਼ ਸਰਕਾਰ ਤੱਕ ਪਹੁੰਚਾਓ ਕਿ ਸਾਡਾ ਜਿਹੜਾ ਮੁਆਵਜ਼ਾ ਸਾਡੀਆਂ ਫਸਲਾਂ ਦਾ ਜਿਹੜਾ ਤੁਸੀਂ ਕਿਹਾ ਸੀ ਉਹ ਜਿਹੜਾ ਆਪਦੇ ਮੂੰਹੋਂ ਕਿਹਾ ਉਹੀ ਸਾਨੂੰ ਦੇ ਦਿਓ ਜੀ। ਪਰ ਲੋਕਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਹੈਗਾ ਮੁਆਵਜ਼ਾ, ਜਿਹੜੀਆਂ ਇਹਨਾਂ ਦੀਆਂ ਝੋਨੇ ਜਾਂ ਫਸਲਾਂ ਮੋਸਟਲੀ ਇਹਨਾਂ ਦਿਨਾਂ ਦੇ ਵਿੱਚ ਹੀ ਜਿਹੜੀ ਬਰਸਾਤ ਜ਼ਿਆਦਾ ਹੁੰਦੀ ਹੈ ਤੇ ਹੜਾਂ ਦੀ ਸਥਿਤੀ ਬਣਦੀ ਹੈ, ਤਾਂ ਝੋਨੇ ਦੀ ਫਸਲ ਜਿਹੜੀ ਉਹ ਅਕਸਰ ਹੀ ਮਾਰੀ ਜਾਂਦੀ ਰਹੀ ਹੈ ਪਿਛਲੇ ਸਾਲਾਂ ਦਾ ਨਾਲ। ਇਸ ਵਾਰ ਥੋੜੀ ਜਿਹੀ ਸਥਿਤੀ ਠੀਕ ਆ, ਕਿਉਂਕਿ ਪਿੱਛੋਂ ਪਾਣੀ ਪਹਾੜਾਂ 'ਚ ਜਿਹੜਾ ਜ਼ਿਆਦਾ ਨਹੀਂ ਆਇਆ, ਤਾਂ ਮੁਆਵਜ਼ਾ ਜਿਹੜਾ ਉਡੀਕ ਰਹੇ ਆ ਲੋਕ ਸਰਕਾਰਾਂ ਦੇ ਕੰਨ ਤੇ ਜੂਣੀ ਸਰਕਦੀ, ਤੇ ਲੋਕਲ ਸਾਡੇ ਜਿਹੜੇ ਲੀਡਰ ਨੇ ਉਹ ਸਰਕਾਰ ਆਪਦੇ ਜਿਹੜੇ ਮੁੱਖ ਮੰਤਰੀ ਤੱਕ ਜਾਂ ਆਪਦੇ ਜਿਹੜੇ ਵੱਡੇ ਜਿਹੜੇ ਚੰਡੀਗੜ੍ਹ ਤੱਕ ਇਹ ਗੱਲ ਹੀ ਨਹੀਂ ਪਹੁੰਚਾ ਪਾਉਂਦੇ, ਵਿਧਾਨ ਸਭਾ ਤੱਕ ਜਾਂ ਲੋਕ ਸਭਾ ਤੱਕ ਜਿਹੜੀ ਇੱਥੋਂ ਦੇ ਮੁੱਦੇ ਨਹੀਂ ਪਹੁੰਚ ਪਾਉਂਦੇ ਫਿਰੋਜ਼ਪੁਰ ਦੇ ਜੀ। ਤਾਂ ਲੋਕ ਤਰਸਦੇ ਆ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਵੋਟਾਂ ਹੋਈਆਂ 2022 'ਚ, ਤਾਂ ਲੋਕ ਜਵਾਬ ਦੇਣਗੇ ਜਿਹੜੇ ਦਰਿਆਈ ਏਰੀਏ ਦੇ ਲੋਕ ਨੇ ਅੱਗੇ ਬੈਠੇ ਨੇ, ਕਿਉਂਕਿ ਲੰਮੇ ਸਮੇਂ ਤੋਂ ਅੱਜ ਲੋਕ ਉਹ ਵਿਚਾਰੇ ਰੋਟੀ ਤੋਂ ਆਥਰ ਨੇ, ਜਿੱਥੇ ਹੁਣ ਵੱਡੇ ਖਰਚੇ ਹੋ ਕੇ ਉਹਨਾਂ ਨੂੰ ਜਿਹੜੀਆਂ ਆਪਣੀਆਂ ਫਸਲਾਂ ਪਾਲਣੀਆਂ ਪੈਂਦੀਆਂ, ਉੱਥੇ ਜਿਹੜੇ ਉਹਨਾਂ ਦੀ ਫਸਲਾਂ ਦਾ ਮੁਆਵਜ਼ਾ ਬਣਦੀਆਂ ਸਰਕਾਰਾਂ, ਕਿਉਂਕਿ ਸਰਕਾਰਾਂ ਦਾ ਫਰਜ਼ ਹੁੰਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਜਾਂ ਆਪਣੇ ਕਿਸਾਨਾਂ ਨੂੰ ਜਿਹੜੀ ਹੈਗੀ ਆ ਉਹ ਬਣਦੀ ਹੈਲਪ ਕਰੇ, ਪਰ ਜਦੋਂ ਹੈਲਪ ਨਹੀਂ ਕਰਦੀ ਫਿਰ ਲੋਕਾਂ ਦਾ ਮਨ ਟੁੱਟ ਜਾਂਦਾ, ਤਾਂ ਜਵਾਬ ਮੈਨੂੰ ਲੱਗਦਾ ਕਿ ਸਰਕਾਰ ਲੋਕ ਜਿਹੜੇ ਹੈਗੇ ਆਉਣ ਵਾਲੇ ਇਲੈਕਸ਼ਨ 'ਚ ਜ਼ਰੂਰ ਦੇਣਗੇ। ਹਾਂ ਬਿਲਕੁਲ, ਦੇਣਾ ਵੀ ਬਣਦਾ ਜੀ, ਹੈ ਜੀ, ਕਿਉਂਕਿ ਮੈਨੂੰ ਯਾਦ ਹੈ ਜਦੋਂ ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਹੀ ਆਪਾਂ ਉੱਥੇ ਗਏ ਸੀਗੇ ਬੰਨ ਤੋਂ ਪਾਰ, ਤੋਂ ਲੋਕ ਕਹਿੰਦੇ ਸੀਗੇ ਸਾਡੇ ਤਾਂ ਪਿਛਲੇ 15-15 ਸਾਲਾਂ ਦੇ ਸਾਡੇ ਬਕਾਏ ਖੜੇ ਨੇ ਸਾਡੇ, ਹੈ ਜੀ। ਮੈਂ ਦਾਨੇਵਾਲੇ ਸਾਹਿਬ ਉਹੀ ਗੱਲ ਕਰਦਾ, ਮੁੱਠਿਆਂ ਵਾਲਾ ਤੋਂ ਬਸਤੀ ਰਾਮ ਲਾਲ, ਗੱਟੀ ਰਾਜੋ ਕੇ, ਕਾਲੂਵਾੜਾ, ਹੁਸੈਨੀ ਵਾਲਾ, ਹੈੱਡਵਰਕਸ ਦੇ ਚੜ੍ਹਦੇ ਪਾਸੇ ਬਹੁਤ ਸਾਰੇ ਪਿੰਡ ਨੇ, ਰਾਜ ਸਿੱਖ ਬਰਾਦਰੀ ਬੈਠੀ ਆ, ਗਰੀਬ ਲੋਕ ਨੇ ਜੀ। ਉਸ ਤੋਂ ਫਿਰ ਲਹਿੰਦੇ ਪਾਸੇ ਆ ਜਾਓ, ਮਮਦੋਟ ਦਾ ਸਾਰਾ ਏਰੀਆ ਜਿਹੜਾ, ਗੁਰੂ ਸਾਹਿਬ ਦਾ ਸਾਰਾ ਏਰੀਆ ਜਿਹੜਾ ਫਿਰੋਜ਼ਪੁਰ ਡਿਸਟ੍ਰਿਕਟ 'ਚ ਪੈਂਦਾ, ਸਤਲੁਜ ਦੇ ਵਿੱਚ ਪੈਂਦਾ, ਲੋਕ ਤੜਫ ਰਹੇ ਨੇ ਜੀ, ਕੋਈ ਉਹਨਾਂ ਦੀ ਬਾਤ ਪੁੱਛਣ ਵਾਲਾ ਨੀ। ਉਹਨਾਂ ਨੂੰ ਪਸੀਨੇ ਦੇ ਮਾਰਿਆਂ ਨੂੰ ਜੱਫੀਆਂ ਉਦੋਂ ਪਾਈਆਂ ਜਾਂਦੀਆਂ ਜਦੋਂ ਇਲੈਕਸ਼ਨ ਹੁੰਦਾ, ਉਦੋਂ ਤਾਂ ਫਿਰ ਮੁਸ਼ਕ ਉਹਨੂੰ ਹਟ ਜਾਂਦਾ ਨਾ।
ਉਦੋਂ ਇਹਨਾਂ ਨੂੰ ਮੁਸ਼ਕ ਉਹਨੂੰ ਹਟ ਜਾਂਦਾ ਤੇ ਜਦੋਂ ਇਹ ਜਿੱਤ ਜਾਂਦੇ ਨੇ ਫਿਰ ਇਹਨਾਂ ਨੂੰ ਮੁਸ਼ਕ ਬਹੁਤ ਆਉਂਦਾ ਹੈ ਗਰੀਬ ਲੋਕਾਂ ਕੋਲੋਂ ਤੇ ਗਰੀਬ ਤਰਸ ਰਹੇ ਨੇ ਦੇਖਦੇ ਆ ਕਦੋਂ ਇਹ ਲੋਕ ਇਹਨਾਂ ਦੇ ਕੰਨ ਚੱਕਦੀ ਆ ਸਾਡੇ ਹੁਣ ਤਾਂ ਸਾਡੇ ਸੁੱਖ ਨਾਲ ਫਿਰੋਜ਼ਪੁਰ ਦੇ ਜਿਹੜੇ ਮੈਨੂੰ ਵਿੱਚੇ ਵਿੱਚ ਹੋਰ ਗੱਲ ਵੀ ਯਾਦ ਆ ਗਈ ਸਾਡੇ ਸਪੋਰਟਸ ਮਿਨਿਸਟਰ ਨੇ ਰਾਣਾ ਗੁਰਮੀਤ ਸਿੰਘ ਸੋਢੀ ਤੇ ਦੇਖੋ ਪੰਜਾਬ ਦੀ ਵਾਗਡੋਰ ਸੰਭਾਲੀ ਹੋਈ ਉਹਨਾਂ ਨੇ ਸਪੋਰਟਸ ਦੀ ਤਾਂ ਫਿਰੋਜ਼ਪੁਰ ਦਾ ਸ਼ਹੀਦ ਭਗਤ ਸਿੰਘ ਸਟੇਡੀਅਮ ਦਾ ਬੇੜਾ ਗਰਕ ਹੋਇਆ ਪਿਆ ਉੱਥੇ ਇੰਨੇ ਜ਼ਿਆਦਾ ਫਿਰੋਜ਼ਪੁਰ ਨੇ ਹਾਕੀ ਦੇ ਖਿਡਾਰੀ ਪਲੇਅਰ ਪੈਦਾ ਕੀਤੇ ਆ ਅੱਜ ਵੀ ਕੁੜੀਆਂ ਮੁੰਡੇ ਘੱਟ ਤੋਂ ਘੱਟ 160 ਛੋਟੇ ਜਿਹੜੇ ਆ ਨਵਾਂ ਪੋਸਟ ਤਿਆਰ ਹੋ ਰਿਹਾ ਹਾਕੀ ਦੇ ਜਿਹਨਾਂ ਨੂੰ ਟ੍ਰੇਨਿੰਗ ਦੇ ਰਹੇ ਆ ਪਰ ਉਹ ਜਿਹੜੇ ਉਹਨਾਂ ਬੱਚਿਆਂ ਦਾ ਕਹਿਣਾ ਕਿ ਸਾਨੂੰ ਜਿਹੜਾ ਹੈਗਾ ਬਿਲਕੁਲ ਮੈਦਾਨ ਨਹੀਂ ਮਿਲ ਰਿਹਾ ਨਾਲ ਹੀ ਜਿਹੜਾ ਐਸਟ੍ਰੋਟਰਫ ਜਿਹੜਾ ਹੈਗਾ ਹਾਕੀ ਦਾ ਉਹ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਸਰਕਾਰ ਵੇਲੇ ਦਾ ਜਿਹੜਾ ਲਮਕਦਾ ਆ ਰਿਹਾ ਉਹਦੇ ਚ ਟਰਫ ਨਹੀਂ ਲੱਗਾ ਉਹਦੇ ਚ ਉਹ ਚੀਜ਼ ਨਹੀਂ ਗੱਲ ਸੁਣੋ ਇੱਥੇ ਐਸਟ੍ਰੋਟਰਫ ਤਾਂ ਲਵਾ ਲਓਗੇ ਐਸਟ੍ਰੋਟਰਫ ਬੜਾ ਇੱਕ ਸਾਂਭਣ ਵਾਲੀ ਚੀਜ਼ ਹੁੰਦੀ ਹੈ ਸਾਡੇ ਬਠਿੰਡੇ ਲੱਗਿਆ ਇੱਥੇ ਪਹਿਲਾਂ ਕਬੱਡੀ ਕੱਪ ਕਰਾਤਾ ਉਹ ਵੱਡੇ ਵੱਡੇ ਬਕਸੇ ਜਿਹੜੇ ਸੀਗੇ ਸਪੀਕਰਾਂ ਦੇ ਉਹ ਡਿੱਗ ਕੇ ਉਹ ਪਾਟ ਗਿਆ ਹੁਣ ਦੂਜੇ ਸਪੋਰਟਸ ਦਾ ਤਾਂ ਤੈਨੂੰ ਪਤਾ ਵੀ ਸਟੇਡੀਅਮਾਂ ਦਾ 15 ਅਗਸਤ 26 ਜਨਵਰੀ ਨੂੰ ਬੇਹਾਲ ਕਰਦੇ ਹੀ ਹੈ ਐਤਕੀ ਇੱਥੇ ਪਰੇਡ ਕਰਾਤੀ ਉੱਤੇ ਦੱਸੋ ਕੀ ਹਾਲ ਕਰੋਗੇ ਜਿਹੜੇ ਸਟੇਡੀਅਮ ਕਿਉਂਕਿ ਜਿਹੜੇ ਲੀਡਰ ਲੋਕ ਨੇ ਇਹਨਾਂ ਨੂੰ ਆਪਦੀ ਜਿਹੜੀ ਬੱਲੇ ਬੱਲੇ ਚਾਹੀਦੀ ਹੈ ਜੀ ਇਹਨਾਂ ਦੀ ਜਾਣੇ ਬੁਲਾ ਕੇ ਸਟੇਡੀਅਮ ਜਿਹੜੇ ਸਿਰਫ ਸਪੋਰਟਸ ਦੇ ਈਵੈਂਟ ਹੋਣ ਵਾਸਤੇ ਆ ਨਾ ਕਿ ਤੁਹਾਡੇ ਡੀਜੇ ਲਾ ਕੇ ਤੁਹਾਡੀਆਂ ਉੱਚੀ ਲਾਊਡ ਸਪੀਕਰ ਵਾਲੀਆਂ ਆਵਾਜ਼ਾਂ ਸੁਣਨ ਵਾਸਤੇ ਠੀਕ ਹੈ ਉਹ ਇਸੇ ਕਰਕੇ ਟਰਫ ਜਿਹੜੇ ਸਾਰੇ ਗਰਾਊਂਡ ਦਾ ਬੇੜਾ ਗਰਕ ਹੋ ਜਾਂਦਾ ਵਿੱਚ ਟਰੈਕਟਰ ਵੜਦੇ ਨੇ ਜਾਂ ਹੋਰ ਕਿਸੇ ਵੀ ਤਰੀਕੇ ਦੇ ਨਾਲ ਫਿਰੋਜ਼ਪੁਰ ਦੇ ਸਟੇਡੀਅਮ ਕਿਉਂਕਿ ਸਾਡੇ ਮੈਂ ਗੱਲ ਰਿਪੀਟ ਦੁਬਾਰਾ ਕਰਨ ਲੱਗਾ ਕਿ ਸਾਡੇ ਫਿਰੋਜ਼ਪੁਰ ਦੇ ਜਿਹੜੇ ਕੈਬਨਿਟ ਮਿਨਿਸਟਰ ਸਾਡੇ ਜਿਹੜੇ ਸਪੋਰਟਸ ਦੇ ਮਿਨਿਸਟਰ ਹੋਣ ਤਾਂ ਬਿਲਕੁਲ ਜਿਹੜਾ 0% ਧਿਆਨ ਆ ਉਹਦੇ ਬਾਵਜੂਦ ਜਿਹੜਾ ਫਿਰੋਜ਼ਪੁਰ ਦੇ MLA ਪਰਮਿੰਦਰ ਸਿੰਘ ਪਿੰਕੀ ਉਹ ਜ਼ਰੂਰ ਜਿਹੜੇ ਫਿਰੋਜ਼ਪੁਰ ਦੇ ਪਾਰਕਾਂ 'ਚ ਓਪਨ ਜਿੰਮਾਂ ਜੁੰਮਾਂ ਲਾ ਕੇ ਤੇ ਆਪਦਾ ਜਿਹੜਾ ਟਾਈਮ ਟਪਾ ਰਹੇ ਨੇ ਪਰ ਸਾਡੇ ਜਿਹੜੇ ਮਿਨਿਸਟਰ ਫਿਰੋਜ਼ਪੁਰ ਦੇ ਨੇ ਜਿਹੜੇ ਇੱਕੋ ਇੱਕ ਇਕਲੌਤੇ ਉਹਨਾਂ ਵੱਲੋਂ ਫਿਰੋਜ਼ਪੁਰ 'ਚ ਖੇਡਾਂ ਲਈ ਕੁਝ ਨਹੀਂ ਕੀਤਾ ਜਾ ਰਿਹਾ ਕੋਰੋਨਾ ਦੇ ਕੇਸ ਜਿਹੜੇ ਆ ਮੈਂ ਉੱਥੇ ਹੀ ਆ ਰਿਹਾ ਜੀ ਕੋਰੋਨਾ ਦੇ ਕੇਸ ਜਿਹੜੇ ਆ ਉਹ ਦਿਨ ਬ ਦਿਨ ਵੱਧ ਰਹੇ ਆ ਅੱਜ ਵੀ 51 ਕੇਸ ਜਿਹੜੇ ਆ ਕੋਰੋਨਾ ਦੇ ਉਹ ਸਾਹਮਣੇ ਆ ਗਏ ਨੇ 1656 ਜਿਹੜੇ ਟੋਟਲ ਪੋਜ਼ਿਟਿਵ ਕੇਸ ਫਿਰੋਜ਼ਪੁਰ 'ਚ ਪਾਏ ਗਏ ਸੀ 1058 ਐਕਟਿਵ ਪਏ ਨੇ 572 ਜਿਹੜੇ ਆ ਉਹਨਾਂ ਦੀ ਅਜੇ ਰਿਪੋਰਟ ਹੋਣੀ ਬਾਕੀ ਆ 26 ਡੈਥ ਹੋ ਗਈਆਂ ਤੇ 51 ਅੱਜ ਜਿਹੜੇ ਅੱਜ ਦੀ ਡੇਟ ਦੇ ਵਿੱਚ ਨਵੇਂ ਆਏ ਆ ਯਾਨੀ ਦਿਨ ਬ ਦਿਨ ਜਿਹੜਾ ਕੋਰੋਨਾ ਦੇ ਕੇਸ ਵੱਧ ਰਹੇ ਆ ਮੈਂ ਪਿਛਲੇ ਦਿਨ ਵੀ ਜ਼ਿਕਰ ਕੀਤਾ ਸੀ ਕਿ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਜਾਂ ਹੋਰ ਜਿਹੜੀਆਂ ਵੀ ਇਹਨਾਂ ਥਾਵਾਂ ਬਣਾਈਆਂ ਸੀਗੀਆਂ ਆਈਸੋਲੇਸ਼ਨ ਵਾਰਡ ਜਿਹੜੇ ਬਣਾਏ ਸੀਗੇ ਕੋਰੋਨਾ ਵਾਰਡ ਜਿਹੜੇ ਬਣਾਏ ਸੀ ਉਹ ਫੁੱਲ ਹੋ ਗਏ ਨੇ ਤਾਂ ਹੁਣ ਇਹਨਾਂ ਨੂੰ ਜਿਹੜਾ ਉਹ ਡੇਰਿਆਂ ਦੇ ਵਿੱਚ ਜਿਹੜੇ ਰਾਧਾ ਸਵਾਮੀ ਡੇਰੇ ਹੋ ਗਏ ਜਾਂ ਹੋਰ ਕੋਈ ਡੇਰੇ ਹੋ ਗਏ ਧਾਰਮਿਕ ਡੇਰਿਆਂ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ ਟੈਂਪਰੇਰੀ ਜਿਹੜੇ ਆ ਉਹ ਆਈਸੋਲੇਸ਼ਨ ਵਾਰਡ ਜਿਹੜੇ ਉਹ ਬਣਾ ਕੇ ਜੀ ਜੀ ਤਾਂ ਕਿਵੇਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਂਭਣਗੇ DC ਫਿਰੋਜ਼ਪੁਰ ਜਾਣਨ ਜਾਂ ਸਾਡੇ ਸਿਵਲ ਸਰਜਨ ਫਿਰੋਜ਼ਪੁਰ ਬਿਹਤਰ ਇਹਦਾ ਜਵਾਬ ਦੇ ਸਕਦੇ ਆ ਕਿ ਆਉਣ ਵਾਲੇ ਦਿਨਾਂ 'ਚ ਇਸ ਸਥਿਤੀ ਨੂੰ ਕਿਵੇਂ ਸਾਂਭਦੇ ਆ ਜਿਹੜੇ ਆ ਲੋਕਡਾਊਨ ਕਰਕੇ ਜਿਹੜਾ ਸ਼ਨੀ ਐਤਵਾਰ ਪੂਰੀ ਸਖਤਾਈ ਜਿਹੜੀ ਰਹੀ ਹੈ ਪਰ ਕਿਤੇ ਨਾ ਕਿਤੇ ਪੁਲਿਸ ਦੀ ਜਿਹੜੀ ਉਹ ਢਿੱਲ ਆ ਜਾਂ ਚੌਂਕਾਂ ਦੇ ਵਿੱਚ ਕੁਰਸੀਆਂ ਤੇ ਬੈਠੇ ਦਿਖਦੇ ਨੇ ਜੋ ਪਹਿਲਾਂ ਸੀਗਾ 3-4 ਮਹੀਨੇ ਉਹ ਚੀਜ਼ ਹੁਣ ਨਹੀਂ ਹੈਗੀ ਲੋਕ ਆਪ ਮਾਰੇ ਫਿਰ ਰਹੇ ਨੇ ਜਿਹਦਾ ਖਮਿਆਜਾ ਫਿਰੋਜ਼ਪੁਰ ਵਾਸੀਆਂ ਨੂੰ ਭੁਗਤਣਾ ਖੋਦੀ ਪੈ ਰਿਹਾ ਜੀ ਮਿਹਰਬਾਨੀ ਜੀ ਮਿਹਰਬਾਨੀ ਤੇ ਕਮਲਜੀਤ ਸੰਧੂ ਹੋਰਾਂ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਉੱਥੋਂ ਦੀਆਂ ਖਬਰਾਂ ਬਰਨਾਲੇ ਤੋਂ ਜਾਣਨ ਤੋਂ ਪਹਿਲਾਂ ਸੁਖਵਿੰਦਰ ਸਿੰਘ ਬਰਾੜ ਭਗਤੇ ਭਾਈ ਹੋਰਾਂ ਦੀ ਕਲਮ ਤੋਂ ਮੈਂ ਤੁਹਾਨੂੰ ਇੱਕ ਕੁੱਕੜ ਕੜਾਹੀਆਂ ਜਿਹੜੀਆਂ ਉਹ ਇੱਕ ਤੁਕਬੰਦੀ ਲੈ ਲਓ ਜਾਂ ਕਵਿਤਾ ਲੈ ਲਓ ਉਹ ਕਹਿੰਦੇ ਨੇ ਪੰਜਾਂ ਦੀ ਕੜਾਹੀ ਅਤੇ ਕੁੱਕਰ 17 ਦਾ ਮੁਫਤੀ ਦੇ ਪਿੱਛੇ ਇਕੱਠ ਕਰਕੇ ਹਜ਼ਾਰਾਂ ਦਾ ਸਾਗ ਅਤੇ ਪਤੌੜੇ ਪਿੱਛੋਂ ਆਏ ਅਜੇ ਬਾਜਨਾ ਕਰ ਕਰਤੂਤਾਂ ਦੇਣਾ ਭੁੱਲਣਾ ਪੰਜਾਬ ਨਾ ਮੁਫਤੀ ਦੀ ਭੀੜ ਕਰ ਇੱਜਤਾਂ ਲੁਹਾ ਲਈਆਂ ਕਈਆਂ ਉੱਥੇ ਚੱਪਲਾਂ ਅਤੇ ਜੁੱਤੀਆਂ ਗਵਾ ਲਈਆਂ ਚੁੰਨੀਆਂ ਅਤੇ ਪੱਗਾਂ ਹੋਈਆਂ ਬਹੁਤੀਆਂ ਤੋਂ ਸਾਂਭਣਾ ਕਰ ਕਰਤੂਤਾਂ ਦੇਣਾ ਭੁੱਲਣਾ ਪੰਜਾਬ ਨਾ ਦੁੱਧ ਵਾਲਾ ਭਾਂਡਾ ਲੈਣੋਂ ਵਿੱਚੇ ਰਹਿ ਗਿਆ ਮੁਫਤੀ ਸਕੀਮਾਂ ਦਾ ਪਹਾੜ ਜਦੋਂ ਢਹਿ ਗਿਆ ਰਿਹਾ ਵੀ ਕਰੋਨਾ ਉੱਥੇ ਭਗਤਿਆ ਯਾਦ ਨਾ ਕਰ ਕਰਤੂਤਾਂ ਦੇਣਾ ਭੁੱਲਣਾ ਪੰਜਾਬ ਨਾ ਮੁਫਤੀ ਦੇ ਕੁੱਕਰਾਂ 'ਚ ਸੀਟੀਆਂ ਨਾ ਵੱਜੀਆਂ ਚੋਰੀ ਵਾਲੇ ਸਾਗ ਨਾਲ ਭੁੱਖਾਂ ਵੀ ਨਾ ਰੱਜੀਆਂ ਬੱਕਰੇ ਦੀ ਜਾਣ ਗਈ ਆਇਆ ਵੀ ਸਵਾਦ ਨਾ ਕਰ ਕਰਤੂਤਾਂ ਦੇਣਾ ਭੁੱਲਣ ਪੰਜਾਬ ਨਾ ਕਰ ਕਰਤੂਤਾਂ ਦੇਣਾ ਭੁੱਲਣਾ ਭੁੱਲਣ ਪੰਜਾਬ ਨਾ ਸੋ ਸੁਖਵਿੰਦਰ ਬਰਾੜ ਹੋਰਾਂ ਦੀ ਸਾਡੇ ਪੰਜਾਬੀਆਂ ਦੇ ਉੱਤੇ ਟਕੋਰ ਕਰਦੀ ਇਹ ਕਵਿਤਾ ਤੇ ਹੁਣ ਆਪਾਂ ਬਰਨਾਲੇ ਚੱਲਦੇ ਹਾਂ ਸੋ ਬਰਨਾਲੇ ਜਿਹੜੀ ਹੈ ਉੱਥੇ ਕਹਿੰਦੇ ਜੀ ਇੱਕ ਮਾਈਨਿੰਗ ਦਾ ਪਰਚਾ ਦਿੱਤਾ ਇੱਕ ਤੁਹਾਨੂੰ ਯਾਦ ਹੋਏਗਾ ਪਿੱਛੇ ਜੇ ਮਾਈਨਿੰਗ ਦਾ ਪਰਚਾ ਦਿੱਤਾ ਸੀਗਾ ਜੀ ਗਧਾ ਰੇੜੀ ਵਾਲੇ 'ਤੇ
ਤੇ ਕਮਲਜੀਤ ਇੱਥੇ ਫਿਰ ਪਰਚਾ ਕਿਹਦੇ ਦਿੱਤਾ ਜੀ? ਜੀ ਇਹ ਬਰਨਾਲਾ ਜਿਹੜਾ ਥਾਣਾ ਧਨੌਲਾ ਦੇ ਵਿੱਚ ਮਾਮਲਾ ਦਰਜ ਹੋਇਆ ਹੈਗਾ। ਤਿੰਨ ਦੇ ਕਰੀਬ ਜਿਹੜੇ ਵਿਅਕਤੀ ਆ ਉਹਨਾਂ ਨੂੰ ਗ੍ਰਿਫਤਾਰ, ਤਿੰਨ ਵਿਅਕਤੀ ਗ੍ਰਿਫਤਾਰ ਕੀਤੇ ਗਏ ਨੇ। ਜਿਹੜਾ ਮਾਲਕ ਹੈਗਾ ਜ਼ਮੀਨ ਦਾ ਗਾ ਉਹ ਹਜੇ ਕਾਰ ਦੱਸਿਆ ਜਾ ਰਿਹਾ ਹੈਗਾ, ਜਿਹਦੇ ਵਿੱਚ ਉਹਨਾਂ ਨੇ ਦੋ ਤਿੰਨ ਟਿੱਪਰ ਬਰਾਮਦ ਕੀਤੇ ਨੇ ਗੇ, ਤੇ ਜਿਹੜੀਆਂ ਜੇ ਸੀ ਬੀ ਆ ਨੇ ਦੋ ਉਹ ਬਰਾਮਦ ਕੀਤੀਆਂ ਨੇ ਗੀਆਂ। ਪਿੰਡ ਅਸਪਾਲ ਕਲਾਂ ਗਾ ਜੀ, ਜਿੱਥੇ ਕਾਫੀ ਲੰਮੇ ਸਮੇਂ ਤੋਂ ਕਹਿੰਦੇ ਜਿਹੜਾ ਕਿਸੇ ਦੇ ਖੇਤ ਦੇ ਵਿੱਚ ਇਹ ਇਨਲੀਗਲ ਜਿਹੜੀ ਮਾਈਨਿੰਗ ਆ ਉਹ ਕਾਫੀ ਲੰਬੇ ਸਮੇਂ ਤੋਂ ਚੱਲਦੀ ਸੀ, ਕਈ ਸਾਲਾਂ ਤੋਂ ਚੱਲ ਰਹੀ ਸੀਗੀ। ਤੇ ਉਹਦੇ ਸੰਬੰਧ ਚ ਜੀ ਜਿਹੜਾ ਇਹ ਮਾਮਲਾ ਦਰਜ ਕੀਤਾ ਗਿਆ, ਤੇ ਜਿਹੜਾ ਸਮਾਨ ਵੀ ਆ ਉਹ ਵੀ ਕਾਫੀ ਮਾਤਰਾ ਚ ਬਰਾਮਦ ਕੀਤਾ ਗਿਆ, ਤੇ ਤਿੰਨ ਵਿਅਕਤੀ ਜਿਹੜੇ ਉਹ ਅਰੈਸਟ ਕਰ ਲਏ ਨੇ ਜੀ। ਉਹਨਾਂ ਦਾ 27 ਤੱਕ ਅੱਜ ਪੁਲਿਸ ਨੇ ਰਿਮਾਂਡ ਵੀ ਲਿਆ ਗਿਆ ਹੋਰ ਇਨਵੈਸਟੀਗੇਸ਼ਨ ਲਈ ਜੀ। ਤੇ ਬਾਕੀ ਪਰ ਜਿਹੜੀ ਇਹ ਮਾਈਨਿੰਗ ਆ ਜੀ ਇਹ ਕਾਫੀ ਕਹਿੰਦੇ ਲੰਬੇ ਸਮੇਂ ਤੋਂ ਚੱਲਦੀ ਸੀਗੀ, ਸਿਆਸੀ ਲੀਡਰਾਂ ਦੀ ਸਹਿ ਕਹਿ ਲਓ ਚਾਹੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦੀ ਨਾਲ ਮਿਲੀ ਭੁਗਤ ਨੂੰ ਲੈ ਕੇ ਇਹਦੀ ਕਾਫੀ ਜਿਹੜੀ ਚਰਚਾ ਜੀ ਪਹਿਲਾਂ ਵੀ ਪਿਛਲੀ ਸਰਕਾਰ ਵੇਲੇ ਵੀ ਤੇ ਇਸ ਵਾਰ ਵੀ ਜਿਹੜਾ ਹੁਣ ਤਿੰਨ ਸਾਲ ਹੋ ਗਏ ਕਈ ਵਾਰ ਜਿਹੜੀ ਚਰਚਾ ਸੁਣਨ ਚ ਮਿਲੀ ਸੀਗੀ, ਪਰ ਹਜੇ ਤੱਕ ਜਿਹੜੀ ਕੋਈ ਕਾਰਵਾਈ ਨਹੀਂ ਹੋਈ ਸੀਗੀ ਉਹ, ਪਰ ਹੁਣ ਜਿਹੜੀ ਕਾਰਵਾਈ ਆ ਉਹ ਉਸਨੇ ਜਿਹੜੀ ਕੀਤੀ ਹੈ ਜੀ। ਤੇ ਕਿਸਾਨ ਯੂਨੀਅਨਾਂ ਵੱਲੋਂ ਪੰਜਾਬ ਭਰ ਵਿੱਚ ਪ੍ਰੋਟੈਸਟ ਕੀਤਾ ਗਿਆ ਜੀ, ਇਹ ਕਿਹਦੇ ਖਿਲਾਫ ਕੀਤਾ ਗਿਆ ਜੀ? ਜਿਹੜੇ ਕੇਂਦਰ ਸਰਕਾਰ ਵੱਲੋਂ ਜਿਹੜੇ ਖੇਤੀ ਆਰਡੀਨੈਂਸ ਲਿਆਂਦੇ ਗਏ ਨੇ ਤਿੰਨ, ਤੇ ਇੱਕ ਜਿਹੜਾ ਬਿਜਲੀ ਐਕਟ 2020 ਬਣਾਇਆ ਜਾ ਰਿਹਾ, ਵੀ ਜਿਹੜਾ ਬਿਜਲੀ ਬੋਰਡ ਦਾ ਸਮੁੱਚਾ ਢਾਂਚਾ ਹੈਗਾ ਉਹ ਵੀ ਕੇਂਦਰ ਦੇ ਹੱਥਾਂ ਦੇ ਵਿੱਚ ਜਾ ਰਿਹਾ, ਤੇ ਜਿਹੜੇ ਤਿੰਨ ਆਰਡੀਨੈਂਸ ਨੇ ਉਹਨਾਂ ਦੇ ਖਿਲਾਫ ਭਾਰਤੀ ਕਿਸਾਨ ਯੂਨੀਅਨ ਨਿਗਰਾਹਾਂ ਵੱਲੋਂ ਅੱਜ ਪੂਰੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਮਾਲਵਾ ਦੇ ਜਿਹੜੇ ਖੇਤਰ ਨੇ ਗੇ ਉੱਥੇ ਪਿੰਡਾਂ ਦੇ ਵਿੱਚ ਟੈਂਟ ਲਾ ਕੇ ਸੋਸ਼ਲ ਡਿਸਟੈਂਸਿੰਗ ਦਾ ਪਾਲਣਾ ਉਹਨਾਂ ਨੇ ਕਰਦੇ ਹੋਇਆ ਜਿਹੜੇ ਰੋਸ ਪ੍ਰਦਰਸ਼ਨ ਪਿੰਡ ਪਿੰਡ ਕੀਤੇ ਨੇ, ਉਹ 25 ਤਰੀਕ ਤੋਂ 29 ਤਰੀਕ ਤੱਕ ਜਿਹੜਾ ਇਹ ਮੋਰਚਾ ਗਾ ਉਹਨਾਂ ਦਾ ਪਿੰਡ ਪਿੰਡ ਚੱਲਣਾ ਗਾ, ਜਿਹਦੇ ਵਿੱਚ ਉਹਨਾਂ ਨੇ ਇਹ ਫੈਸਲਾ ਲਿਆ ਵੀ ਜਿਹੜੇ ਅਕਾਲੀ ਦਲ ਦਾ ਕੋਈ ਲੀਡਰ ਆ ਜਾਂ ਬੀਜੇਪੀ ਦਾ ਲੀਡਰ ਆ, ਚਾਹੇ ਉਹ MLA ਆ ਚਾਹੇ ਕੋਈ ਨੁਮਾਇੰਦਾ ਉੱਥੋਂ ਦਾ, ਉਹਨਾਂ ਨੂੰ ਅਸੀਂ ਜਿਹੜਾ ਪਿੰਡਾਂ ਦੇ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ, ਸਵਾਲ ਜਵਾਬ ਹੋਣਗੇ ਵੀ ਜਿਹੜਾ ਕੇਂਦਰ ਨੇ ਜਿਹੜੇ ਆਰਡੀਨੈਂਸ ਕੀਤੇ ਉਹਨਾਂ ਤੇ ਤੁਹਾਡਾ ਕੀ ਸਟੈਂਡ ਹੈਗਾ। ਇਸ ਕਰਕੇ 4 ਦਿਨ ਜਿਹੜਾ 5 ਦਿਨ ਜਿਹੜਾ ਮੋਰਚਾ ਹੋਇਆ 29 ਤਰੀਕ ਤੱਕ ਜਿਹੜਾ ਲਗਾਤਾਰ ਇਹ ਪਿੰਡਾਂ ਦੇ ਵਿੱਚ ਚੱਲਣਾ ਜੀ। ਜੀ ਜੀ, ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਸਿਰਫ ਜੁੜੇ ਹੋ, ਤੇ ਬਾਕੀ ਕਰੋਨਾ ਨੂੰ ਲੈ ਕੇ ਕੀ ਸਥਿਤੀਆਂ ਨੇ ਜੀ? ਕਰੋਨਾ ਨੂੰ ਲੈ ਕੇ ਜਿਹੜਾ ਵੀਕਐਂਡ ਲੋਕਡਾਊਨ ਵੀ ਲੰਘ ਕੇ ਚੁੱਕਿਆ ਗਿਆ, ਤੇ ਹੁਣ 2 ਦਿਨਾਂ ਤੋਂ ਜਿਹੜਾ 6:30 ਦਾ ਟਾਈਮ ਆ ਬਰਨਾਲਾ ਦਾ, 6:30 ਜਿਹੜਾ ਸਮੁੱਚਾ ਬਾਜ਼ਾਰ ਹੈਗਾ ਜਿਹੜੇ ਮਿਊਂਸੀਪਲ ਖੇਤਰ ਨੇਗੇ ਤਪਾ ਗਾ ਧਨੌਲਾ ਗਾ ਬੰਦ ਕਰਾ ਦਿੱਤੇ ਜਾਂਦੇ ਨੇ। ਤੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਿਹੜੇ ਸ਼ਰਾਬ ਦੇ ਠੇਕੇ ਅੱਗੇ 9-10 ਵਜੇ ਤਾਈਂ ਖੁੱਲੇ ਰਹਿੰਦੇ ਸੀਗੇ, ਉਹਨਾਂ ਤੇ ਵੀ ਜਿਹੜੀ ਸਖ਼ਤੀ ਆ ਹੁਣ ਦੇਖਣ ਨੂੰ ਮਿਲੀ ਹੈਗੀ, ਜਿਹੜੀ PCR ਆ ਪੁਲਿਸ ਆ ਗਈ ਉਹ ਸ਼ਾਮ ਨੂੰ 6 ਵਜੇ ਠੇਕਿਆਂ ਤੇ ਤੈਨਾਤ ਹੋ ਜਾਂਦੀ ਆ, 6:30 ਵਜੇ ਠੇਕਿਆਂ ਦੇ ਜਿਹੜੇ ਸ਼ਟਰ ਆ ਗਏ ਉਹ ਵੀ ਡਿੱਗ ਪੈਂਦੇ ਨੇ। ਪੂਰੀ ਕਿਤੇ ਨਾ ਕਿਤੇ ਕਰੋਨਾ ਨੂੰ ਲੈ ਕੇ ਜਿਹੜੀ ਸਖ਼ਤੀ ਹੈਗੀ ਉਹ ਜਿਹੜੀ ਪ੍ਰਸ਼ਾਸਨ ਵੱਲੋਂ ਦਿਖਾਈ ਜਾ ਰਹੀ ਹੈ ਜੀ। ਮੁਕੰਮਲ ਜਿਹੜਾ 6:30 ਵਜੇ ਜਿਹੜਾ ਬਾਜ਼ਾਰ ਆ ਉਹ ਤਕਰੀਬਨ ਬੰਦ ਕਰਾ ਦਿੱਤਾ ਜਾਂਦਾ ਗਾ, ਤੇ ਵੀਕਐਂਡ ਲੋਕਡਾਊਨ ਤੇ ਵੀ 2 ਦਿਨ ਚਾਹੇ ਸ਼ਨੀਵਾਰ ਤੇ ਐਤਵਾਰ ਵੀ ਮੁਕੰਮਲ ਤੌਰ ਤੇ ਜਿਹੜਾ ਲੋਕਡਾਊਨ ਰਿਹਾ ਗਾ ਬੰਦ ਰਿਹਾ ਗਾ ਜੀ। ਤੇ ਜੇ ਕੇਸਾਂ ਦੀ ਗੱਲ ਕਰੀਏ ਤਾਂ ਬਰਨਾਲੇ ਦੇ ਵਿੱਚ 850 ਦੇ ਕਰੀਬ ਜਿਹੜਾ ਕੇਸ ਹੈਗਾ ਉਹ ਸਾਹਮਣੇ ਆਇਆ ਗਾ ਹੁਣ ਤੱਕ ਦਾ, ਜਿਹਦੇ ਵਿੱਚੋਂ 460 ਦੇ ਕਰੀਬ ਜਿਹੜੇ ਉਹ ਠੀਕ ਹੋ ਕੇ ਘਰਾਂ ਨੂੰ ਚਲੇ ਗਏ, ਤੇ 470 ਦੇ ਕਰੀਬ ਜਿਹੜੇ ਐਕਟਿਵ ਕੇਸ ਆ ਜਿਹੜੇ ਉਹ ਇਲਾਜਹੀਨ ਨੇ, ਕੁਛ ਆਈਸੋਲੇਟ ਸੈਂਟਰਾਂ ਦੇ ਵਿੱਚ ਨੇ, ਤੇ ਕੁਛ ਜਿਹੜੇ ਜਿਹਨਾਂ ਦੇ ਵਿੱਚ ਘਰਾਂ ਦੇ ਵਿੱਚ ਉਹਨਾਂ ਨੂੰ ਹੋਮ ਕੁਆਰੰਟਾਈਨ ਜਿਹੜਾ ਉਹ ਕੀਤਾ ਗਿਆ। ਜੀ ਜੀ, ਤੇ ਆਪਾਂ ਹੁਣ ਆਉਣੇ ਹੈ ਜੀ, ਧੰਨਵਾਦ ਤੁਹਾਡਾ, ਬਹੁਤ ਬਹੁਤ ਸ਼ੁਕਰੀਆ। ਤੇ ਅਮਨਦੀਪ ਗੋਸਲ ਜੀ ਮੇਰੇ ਨਾਲ ਦੇ, ਅਮਨਦੀਪ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਅਮਨਦੀਪ ਜੀ, ਕੋਈ ਅਪਡੇਟ ਸਭ ਤੋਂ ਪਹਿਲਾਂ ਤੇ ਜਿਹੜੀ ਗੋਲੀ ਚੱਲੀ ਸੀਗੀ ਉਹਦੇ ਬਾਰੇ ਜੀ? ਦੇਖੋ ਜੀ, ਫਿਲਹਾਲ ਜਿਹੜਾ ਹੈਗਾ ਕਰੀਬ ਅੱਧੀ ਦਰਜਨ ਦੇਖ ਰਿਹਾ ਜਿਹੜੇ ਲੋਕ ਨੇ ਉਹਨਾਂ ਖਿਲਾਫ ਮਾਮਲਾ ਦਰਜ ਕਰ ਰਿਹਾ ਸੀ ਜੀ। ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ ਕਿ ਅਸੀਂ ਜਿਹੜਾ ਹੈਗਾ ਜਲਦੀ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਾਂਗੇ। ਫਿਲਹਾਲ ਪੁਲਿਸ ਦੇ ਹੱਥ ਕੋਈ ਜੀ ਸਫਲਤਾ ਹੱਥ ਨਹੀਂ ਲੱਗੀ, ਨਾ ਹੀ ਪੁਲਿਸ ਡਿਪਾਰਟਮੈਂਟ ਵੱਲੋਂ ਇਸ ਤਰ੍ਹਾਂ ਦੀ ਕੋਈ ਪੁਸ਼ਟੀ ਕੀਤੀ ਗਈ ਹੈ ਵੀ ਜਿਹੜੇ ਨਾਮ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਉਹਨਾਂ ਚੋਂ ਕਿਸੇ ਨੂੰ ਗ੍ਰਿਫਤਾਰ ਕੀਤਾ ਗਿਆ ਜੀ। ਜੀ, ਤੇ ਬਾਕੀ ਸ਼ਹਿਰ ਦੇ ਵਿੱਚ ਜਿਹੜਾ ਧਰਨੇ ਮੁਜ਼ਾਹਰਿਆਂ ਦਾ ਕੀ ਹਾਲ ਰਿਹਾ ਜੀ? ਧਰਨੇ ਮੁਜ਼ਾਹਰੇ ਦੇਖੋ ਜੀ ਲਗਾਤਾਰ ਜਾਰੀ ਹੈ, ਕਦੇ ਆਪਣਾ ਫਾਰਮਾਸਿਸਟ ਧਰਨੇ ਤੇ ਬੈਠ ਜਾਂਦੇ ਆ, ਕਦੇ ਆਸ਼ਾ ਵਰਕਰ ਧਰਨੇ ਤੇ ਬੈਠ ਜਾਂਦੇ ਹੈਗੇ ਆਪਣੀਆਂ ਮੰਗਾਂ ਨੂੰ ਲੈ ਕੇ, ਕਿਉਂਕਿ ਹਰ ਇੱਕ ਜੋ ਸਰਕਾਰੀ ਮੁਲਾਜ਼ਮ ਆ ਉਹ ਕੋਵਿਡ ਦੇ ਦੌਰਾਨ ਜਿਹੜੇ ਡਿਊਟੀ ਕਰ ਰਹੇ ਨੇ ਉਹ ਹਰ ਇੱਕ ਸਰਕਾਰੀ ਤੋਂ ਮੰਗ ਕਰ ਰਹੇ ਨੇ ਵੀ ਸਾਨੂੰ ਜਿਹੜੀ ਦੂਜੇ ਜਿਹੜੇ ਵਿਅਕਤੀ ਨੇ ਉਹਨਾਂ ਦੇ ਬਰਾਬਰ ਜਿਹੜਾ ਹੈਗਾ ਸਹੂਲਤ ਦਿੱਤੀ ਜਾਵੇ, ਜਿਸ ਤਰ੍ਹਾਂ PPE ਕਿੱਟਸ ਨੇ, ਇੰਸ਼ੋਰੈਂਸ ਦੀ ਗੱਲ ਕੀਤੀ ਜਾਵੇ ਤੇ ਸੈਨੀਟਾਈਜ਼ਰ ਤੇ ਫੇਸ ਮਾਸਕ ਦੀ ਹੈ, ਇਹਨਾਂ ਨੂੰ ਲੈ ਕੇ ਅੱਜ ਬਠਿੰਡਾ ਦੇ ਵਿੱਚ ਜਿਹੜਾ ਹੈਗਾ ਕੁਛ ਕਰਮਚਾਰੀਆਂ ਵੱਲੋਂ ਜਿਹੜਾ ਹੈਗਾ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਜਿਹੜਾ ਹੈਗਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਲਗਾਤਾਰ ਜਿਹੜਾ ਸੰਘਰਸ਼ ਕੀਤਾ ਗਿਆ, ਅੱਜ ਬਠਿੰਡਾ ਚ ਮਨਪ੍ਰੀਤ ਬਾਦਲ
ਜਿਹੜਾ ਦਫ਼ਤਰ ਦਾ ਘਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਜਿਹੜਾ ਹੈਗਾ ਪੀਰਖਾਨੇ ਕੋਲ ਇਹਨਾਂ ਨੂੰ ਰੋਕ ਲਿਆ ਗਿਆ, ਜਿੱਥੇ ਤਹਿਸੀਲਦਾਰ ਵੱਲੋਂ ਇਹਨਾਂ ਤੋਂ ਮੰਗ ਪੱਤਰ ਪ੍ਰਾਪਤ ਕੀਤਾ ਗਿਆ ਜੀ। ਜੀ, ਤੇ ਪੁਲਿਸ ਰੋਕਣ ਤੇ ਰਹੀ ਕਿ ਸਖਤੀ ਸੁਖਤੀ ਵੀ? ਅੱਜ ਕੱਲ ਤੁਹਾਨੂੰ ਪਤਾ ਪੁਲਿਸ ਕਈ ਵਾਰੀ ਲੱਗ ਜਾਂਦੀ ਹੈ। ਨਹੀਂ ਜੀ, ਪੁਲਿਸ ਨੇ ਫਿਲਹਾਲ ਬੈਰੀਗੇਟ ਲਾ ਕੇ ਜਿਹੜਾ ਹੈਗਾ ਉਹਨਾਂ ਨੂੰ ਰੋਕ ਲਿਆ ਸੀ। ਉੱਥੇ ਫਿਰ ਉਹਨਾਂ ਨੇ ਆਪਣਾ ਧਰਨਾ ਉੱਥੇ ਸ਼ੁਰੂ ਕਰ ਦਿੱਤਾ ਜਦੋਂ ਬੈਰੀਗੇਟ ਦੇ ਦੌਰਾਨ। ਇਸ ਦੌਰਾਨ ਜਿਹੜਾ ਹੈਗਾ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਿਹੜਾ ਹੈਗਾ ਸੁਖਵੀਰ ਸਿੰਘ ਤਹਿਸੀਲਦਾਰ ਜਿਹੜੇ ਹੈਗਾ ਮੌਕੇ ਤੇ ਪਹੁੰਚੇ ਤੇ ਉਹਨਾਂ ਵੱਲੋਂ ਮੰਗ ਪੱਤਰ ਲਿਆ ਗਿਆ ਜੀ। ਜੀ, ਸੋ ਕਰੋਨਾ ਦੀ ਕੀ ਸਥਿਤੀ ਹੈ ਜੀ? ਦੇਖੋ, ਕਰੋਨਾ ਦੇ ਅੰਕੜੇ ਲਗਾਤਾਰ ਜਿਹੜੇ ਹੈਗੇ ਵੱਧ ਰਹੇ ਆ। ਕਈ ਲੋਕ ਠੀਕ ਹੋ ਕੇ ਘਰਾਂ ਨੂੰ ਪਰਤ ਰਹੇ ਨੇ, ਕਈ ਜਿਹੜੇ ਹੈਗਾ ਨਵੇਂ ਮਰੀਜ਼ ਸਾਹਮਣੇ ਆ ਰਹੇ ਨੇ। ਅੱਜ ਜੇ ਆਪਾਂ ਬਠਿੰਡਾ ਦੀ ਗੱਲ ਕਰੀਏ, ਬਠਿੰਡਾ ਦੇ ਵਿੱਚ ਜਿਹੜਾ ਹੈਗਾ ਜੀ, ਬਠਿੰਡਾ ਦੇ ਵਿੱਚ ਜਿਹੜਾ ਕਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ। ਤੇ ਜੇ ਆਪਾਂ ਅੱਜ ਬਠਿੰਡਾ ਦੀ ਗੱਲ ਕਰੀਏ, ਜਿਹੜੀ ਅੱਜ ਦੀ ਤਾਜ਼ਾ ਰਿਪੋਰਟ ਆ, ਜੇ 24 ਜਿਹੜੇ ਹੈਗਾ ਡੈਥ ਹੋ ਚੁੱਕੀਆਂ ਬਠਿੰਡਾ ਦੇ ਵਿੱਚ ਹੁਣ ਤੱਕ। ਤੇ ਜਿਹੜੇ ਹੈਗੇ ਨਵੇਂ ਮਾਮਲੇ ਜਿਹੜੇ ਸਾਹਮਣੇ ਆਏ ਨੇ ਜੀ, ਉਹ ਅੱਜ ਜਿਹੜੇ ਹੈਗੇ ਆ 65 ਨਵੇਂ ਪੋਜ਼ਿਟਿਵ ਕੇਸ ਸਾਹਮਣੇ ਆਏ ਨੇ। ਟੋਟਲ ਐਕਟਿਵ ਕੇਸ ਜਿਹੜੇ 642 ਨੇ ਜੀ ਅੱਜ। ਤੇ ਸੁੱਖ ਸਹੂਲਤਾਂ ਦੀ ਕੀ ਸਥਿਤੀ ਹੈ ਜੀ ਕਰੋਨਾ ਮਰੀਜ਼ਾਂ ਦੇ ਲਈ? ਮਰੀਜ਼ਾਂ ਨੂੰ ਲੈ ਕੇ ਜੀ ਦੇਖੋ, ਬਠਿੰਡਾ ਦੇ ਸਰਕਾਰੀ ਤੋਂ ਇਲਾਵਾ ਜਿਹੜਾ ਹੈਗਾ ਪ੍ਰਾਈਵੇਟ ਤੌਰ ਤੇ ਜਿਹੜੇ ਹਸਪੀਟਲ ਜਿਹੜੇ ਐਸੋਸੀਏਸ਼ਨ ਵਾਰਡ ਜਿਨ੍ਹਾਂ ਚ ਬਣਾਏ ਗਏ ਸੀ, ਉਹਨਾਂ ਚੋਂ ਸਿਰਫ ਇੱਕ ਜਾਂ ਦੋ ਹੀ ਕੰਮ ਕਰ ਰਹੇ, ਜਿਸ ਤਰ੍ਹਾਂ ਆਦੇਸ਼ ਜਾਂ ਨਿਵਾਰਨ ਹਸਪੀਟਲ ਹੈ, ਇਹਨਾਂ ਵੱਲੋਂ ਹੀ ਜਿਹੜਾ ਕੋਵਿਡ ਦੇ ਮਰੀਜ਼ਾਂ ਨੂੰ ਐਡਮਿਟ ਕੀਤਾ ਜਾ ਰਿਹਾ। ਬਾਕੀ ਜਿਹੜੇ ਪ੍ਰੈਸ ਨੋਟ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਸੀਗਾ ਜੀ ਪੈਨਲ ਬਣਾ ਕੇ, ਉਹਨਾਂ ਦੇ ਵਿੱਚ ਫਿਲਹਾਲ ਹਾਲੇ ਤੱਕ ਜਿਹੜਾ ਹੈਗਾ ਮਰੀਜ਼ਾਂ ਨੂੰ ਐਡਮਿਟ ਕਰਨ ਸੰਬੰਧੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਜੀ। ਜੀ, ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਸ਼ੁਕਰੀਆ, ਮਿਹਰਬਾਨੀ। ਤੇ ਇਹ ਸਨ ਅਮਨਦੀਪ ਗੋਸਲ ਜੀ, ਤੁਸੀਂ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਪ੍ਰੋਗਰਾਮ ਸ਼ਮਾਦਾਨ ਸੁਣ ਰਹੇ ਸੀ। ਅਤੇ ਮੇਰੀ ਤੁਹਾਨੂੰ ਸਾਰਿਆਂ ਨੂੰ ਗੁਜ਼ਾਰਿਸ਼ ਹੈ ਜੀ, ਤੁਸੀਂ ਰੇਡੀਓ ਪੰਜਾਬ ਟੂਡੇ ਨੂੰ ਜਿੰਨਾ ਹੋ ਸਕਦਾ ਸਪੋਰਟ ਜ਼ਰੂਰ ਕਰੋ। ਪ੍ਰੋਗਰਾਮ ਜਿਹੜੇ ਨੇ ਰੇਡੀਓ ਪੰਜਾਬ ਟੂਡੇ 'ਤੇ ਤੁਹਾਨੂੰ ਵੱਖ ਵੱਖ ਪ੍ਰੋਗਰਾਮ ਸੁਣਨ ਨੂੰ ਮਿਲਦੇ ਨੇ, ਅਤੇ ਇਹਨਾਂ ਨੂੰ ਜਿਹੜਾ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਨੂੰ ਹਰ ਰੋਜ਼ ਕੁਛ ਨਾ ਕੁਛ ਨਵਾਂ ਦਿੱਤਾ ਜਾਵੇ। ਸੋ ਇਸ ਦੇ ਵਿੱਚ ਸਾਡੇ ਪ੍ਰੋਗਰਾਮ ਜਿਹੜੇ ਆ ਲਾਈਵ ਹੁੰਦੇ ਨੇ ਸਵੇਰੇ 7:30 ਵਜੇ, ਫਿਰ ਦੁਪਹਿਰੇ 2:30 ਵਜੇ, ਅਤੇ ਕੱਲ੍ਹ ਨੂੰ ਤੁਸੀਂ ਪ੍ਰੋਗਰਾਮ 2:30 ਵਜੇ ਜਿਹੜਾ ਪ੍ਰੋਗਰਾਮ ਹਿੰਦੀ ਦੇ ਵਿੱਚ ਹੁੰਦਾ, ਇਹਦੇ ਵਿੱਚ ਤੁਸੀਂ ਆਪਣਾ ਸੈਲਫ ਕੌਨਫੀਡੈਂਸ ਦੇ ਉੱਤੇ ਅਤੇ ਹੋਰ ਸਾਡੇ ਅਲੱਗ ਅਲੱਗ ਮਹਿਮਾਨ ਆਉਂਦੇ ਰਹਿੰਦੇ ਨੇ, ਉਹ ਤੁਹਾਡੇ ਨਾਲ ਜਾਣਕਾਰੀਆਂ ਹਾਸਲ ਕਰਦੇ ਨੇ, ਤੁਹਾਨੂੰ ਸਲਾਹ ਮਸ਼ਵਰਾ ਦਿੰਦੇ ਨੇ। ਤੁਸੀਂ ਫੋਨ ਕਾਲ ਕਰ ਸਕਦੇ ਹੋ 9216410666 ਅਤੇ 9816410666 ਦੇ ਉੱਤੇ। ਫਿਲਹਾਲ ਮੈਨੂੰ ਸਵਰਨ ਸਿੰਘ ਦਾਨੇ ਵਾਲੀ ਨੂੰ ਦਿਓ ਜੀ ਇਜਾਜ਼ਤ, ਅਤੇ ਮਿਲਦੇ ਹਾਂ ਕੱਲ੍ਹ ਨੂੰ ਇਸੇ ਵਕਤ, ਯਾਨੀ ਕਿ 5:30 ਵਜੇ, ਅਤੇ ਆਪਾਂ ਜੁੜਾਂਗੇ ਤੁਹਾਡੇ ਨਾਲ ਕੁਛ ਨਵੇਂ ਮੁੱਦਿਆਂ ਦੇ ਨਾਲ, ਕੁਛ ਨਵੇਂ ਮਹਿਮਾਨਾਂ ਦੇ ਨਾਲ। ਸੋ ਬਹੁਤ ਬਹੁਤ ਧੰਨਵਾਦ ਜੀ। ਸ਼ਮਾਦਾਨ।